ਸਿੱਖੀ ਹੈ ਕਰਨਾ ਬਲਵਾਨ ਸੁਰਤ ਨੂੰ ਚੜ੍ਹਦੀ ਕਲਾ ਨਿਵਾਸ ਸਦ ਹੀ ਰੱਖਣਾ। ਭਾਈ ਪ੍ਰਿਥੀਪਾਲ ਸਿੰਘ ਜੀ ਨੇ ਦਾਤੇ ਦਾ ਸ਼ੁਕਰ ਕੀਤਾ ਹੈ ਕਿ ਉਸ ਦੇ ਖਜ਼ਾਨਿਆਂ ਦੇ ਵਿੱਚੋਂ ਸੁਪੁੱਤਰ ਦੀ ਦਾਤ ਮਿਲੀ, ਭਾਈ ਬਲਰਾਜ ਸਿੰਘ ਨਾਮ ਰੱਖਿਆ, ਲੱਖਾਂ ਖੁਸ਼ੀਆਂ ਪਾਤਸ਼ਾਹੀਆਂ ਸਤਿਗੁਰ ਦਿੰਦਾ ਹੈ ਜਿਨ੍ਹਾਂ 'ਤੇ ਉਹ ਨਦਰ ਕਰਦਾ ਹੈ। ਕਾਜ ਸਬਰ ਦੇ ਹਨ ਪਰ ਕਿਨ੍ਹਾਂ ਦੇ ਜਿਨ ਜਿਨ ਨਾਮ ਧਿਆਇਆ ਤਿੰਨ ਕੇ ਕਾਜ ਸਰੇ। ਜਿਹੜੇ ਨਾਮ ਧਿਆਉਂਦੇ ਨੇ ਉਹਨਾਂ ਦੇ ਕਾਜ ਪੂਰੇ ਹੁੰਦੇ ਹਨ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ। ਸੱਚੇ ਪਾਤਸ਼ਾਹ ਦੀ ਬਾਣੀ ਕਹਿੰਦੀ, ਥਿਰ ਘਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਇਹ ਸ਼ਰਤਾਂ ਨੇ ਗੁਰੂ ਸਾਹਿਬ ਨੇ ਲਾਈਆਂ, ਹਰ ਕੋਈ ਚਾਹੁੰਦਾ ਮੇਰੇ ਕਾਜ ਸਵਰ ਜਾਣ। ਪਰ ਜਿੱਥੇ ਜਿੱਥੇ ਕਾਜ ਸਵਰਨ ਦੀ ਗੱਲ ਬਾਣੀ ਵਿੱਚ ਆਏਗੀ, ਸਤਿਗੁਰੂ ਨਾਲ ਦੀ ਨਾਲ ਕੁਝ ਹਦਾਇਤ ਕਰਦੇ ਨੇ। ਡਾਕਟਰ ਦਵਾਈ ਦੇਣ ਲੱਗਾ ਜਿਵੇਂ ਹਦਾਇਤ ਕਰਦਾ ਨਾ, ਵੀ ਦਵਾਈ ਵੀ ਖਾਣੀ ਹੈ ਅਤੇ ਜਿਸ ਚੀਜ਼ ਕਰਕੇ ਰੋਗ ਵੱਧ ਰਿਹਾ ਉਹ ਸਪਲਾਈ ਲਾਈਨ ਵੀ ਕੱਟਣੀ ਹੈ। ਡਾਇਬਟੀਜ਼ ਦਾ ਪੇਸ਼ੈਂਟ ਹੋਵੇ, ਸਪਲਾਈ ਲਾਈਨ ਹੈ ਸ਼ੂਗਰ, ਅਤੇ ਉੱਪਰੋਂ ਦਵਾਈ ਦਿੱਤੀ ਨਾਲ ਕਿਹਾ ਵੀ ਥੱਲਿਓਂ ਸਪਲਾਈ ਲਾਈਨ ਕੱਟ। ਸੱਚੇ ਪਾਤਸ਼ਾਹ ਕਹਿੰਦੇ ਕਾਜ ਸਵਰਨਗੇ, ਪਰ ਇੱਕ ਥੱਲਿਓਂ ਇੱਦਾਂ ਦੀ ਸਪਲਾਈ ਲਾਈਨ ਆ ਰਹੀ ਹੈ ਜਿਹੜੀ ਕਾਜ ਸਵਰਨ ਦੀ ਦਿੱਕਤ ਹੈ, ਅਤੇ ਮਹਾਰਾਜ ਉਸ ਦਿੱਕਤ ਨੂੰ ਦੂਰ ਕਰਦੇ ਨੇ ਅਤੇ ਕਹਿੰਦੇ ਨੇ ਕਾਜ ਸਵਰਨਗੇ ਪਰ ਕਿਨ੍ਹਾਂ ਦੇ ਜੋ ਜਨ ਤੁਮਰੀ ਭਗਤ ਕਰੰਤੇ ਤਿੰਨ ਕੇ ਕਾਜ ਸਵਾਰਤਾ। ਇਹ ਬਾਣੀ ਨਾਲ ਜਵਾਬ ਦਿੰਦੀ ਹੈ। ਅਸੀਂ ਪੁੱਛਦੇ ਹਾਂ ਮੇਰੇ ਕਾਜ ਕਿਉਂ ਨਹੀਂ ਸਵਰਦੇ, ਅਤੇ ਬਾਣੀ ਜਵਾਬ ਦਿੰਦੀ ਭਾਈ ਸੇਵਕ ਕਉ ਨਿਕਟੀ ਹੋਏ ਦਿਖਾਵੈ। ਨੇੜਿਓਂ ਹੋ ਕੇ ਮਿਲਦਾ ਦੁਸ਼ਟਾਂ ਨੂੰ ਨਹੀਂ ਮਿਲਦਾ, ਸੇਵਕਾਂ ਨੂੰ ਮਿਲਦਾ ਹੈ। ਜੋ ਜੋ ਕਹੇ ਠਾਕੁਰ ਪੈ ਸੇਵਕ ਤਤਕਾਲ ਹੋਇਆ ਵੈ, ਫਿਰ ਉਹਨਾਂ ਦੀ ਖਾਤਰ ਜੋ ਕਹਿ ਦੇਣ ਉਹ ਕਰ ਦਿੰਦਾ। ਬਾਣੀ ਦੇ ਅਰਥ ਬੜੇ ਸਪਸ਼ਟ ਹਨ। ਸੱਚੇ ਪਾਤਸ਼ਾਹ ਦੇ ਸ਼ਰਨ ਵਿੱਚ ਰਹਿਣ ਵਾਲੇ ਗੁਰਸਿੱਖ ਮਹਾਰਾਜ ਉਹਨਾਂ ਦੀ ਧੂੜ ਮੰਗਦੇ ਹਨ। ਅਸੀਂ ਗੁਰੂ ਦੀ ਧੂੜੀ ਮੰਗਦੇ ਹਾਂ ਅਤੇ ਗੁਰੂ ਵੀ ਕਿਸੇ ਦੀ ਧੂੜੀ ਮੰਗਦਾ ਹੈ। ਸਾਧ ਸੰਗਤ, ਗੁਰੂ ਕਿਹਨਾਂ ਦੀ ਧੂੜੀ ਮੰਗਦਾ? ਅਸੀਂ ਆਪਣੀ ਭਾਸ਼ਾ 'ਚ ਕਹਾਂਗੇ ਜੀ ਨਾਮ ਜਪਣ ਵਾਲਿਆਂ ਦੀ ਮੰਗਦਾ ਹੈ, ਪਰ ਗੁਰੂ ਤੋਂ ਪੁੱਛੋਗੇ, ਮਹਾਰਾਜ ਨੇ ਇਸ ਗੱਲ ਦਾ ਵਿਸਥਾਰ ਥੋੜ੍ਹਾ ਜਿਹਾ ਵੱਖਰਾ ਦਿੱਤਾ ਹੈ। ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ। ਹੁਣ ਅੱਗੇ ਦੋ ਗੱਲਾਂ ਨੇ, ਜੋ ਆਪ ਜਪੈ, ਇਹ ਪਹਿਲੀ ਗੱਲ ਹੈ, ਪਰ ਨਾਲ ਇੱਕ ਦੂਜੀ ਗੱਲ ਹੈ, ਅਵਰੈ ਨਾਮ ਜਪਾਵੈ। ਦੋ ਗੱਲਾਂ ਨੇ ਨਾ, ਆਪ ਜਪਦਾ ਅਤੇ ਦੂਜੇ ਜਪ ਸਕਣ ਸੇਵਾ ਨਿਭਾਉਂਦਾ ਹੈ। ਤੁਸੀਂ ਕੋਈ ਗੁਰਮਤਿ ਸਮਾਗਮ ਦੇ ਪ੍ਰਬੰਧ ਵਿੱਚ ਆਪਣਾ ਯੋਗਦਾਨ ਪਾਓ, ਸਮਝੋ ਦੂਜਿਆਂ ਦੇ ਜਪਣ ਵਾਸਤੇ ਤੁਸੀਂ ਕੋਈ ਉਪਰਾਲਾ ਕੀਤਾ ਹੈ, ਇਹ ਸੇਵਾ ਹੈ ਨਾ। ਅਤੇ ਇਸੇ ਲਈ ਜਦੋਂ ਗੁਰਮਤਿ ਸਮਾਗਮ ਹੁੰਦੇ ਨੇ, ਕ੍ਰਾਂਤੀਕਾਰੀ ਵਿਚਾਰ ਗੁਰੂ ਸਾਹਿਬ ਦੇ ਸੰਗਤਾਂ ਨਾਲ ਸਾਂਝੇ ਕੀਤੇ ਜਾਂਦੇ ਨੇ, ਅਤੇ ਸਰਕਾਰਾਂ ਕਈ ਵਾਰ ਕਹਿੰਦੇ ਵੀ ਪ੍ਰਬੰਧਕ ਕੌਣ ਹੈ, ਕਿਉਂਕਿ ਪ੍ਰਬੰਧਕ ਸ਼ਹਿਦ ਇਕੱਠਾ ਕਰਦਾ ਹੈ ਅਤੇ ਚੋਣ ਵਾਲੇ ਆਉਂਦੇ ਨੇ, ਸੱਤ ਸੰਗੀ ਚੋ ਕੇ ਲੈ ਜਾਂਦੇ ਨੇ, ਇਹ ਸੇਵਾ ਹੈ ਨਾ। ਸੱਚੇ ਪਾਤਸ਼ਾਹ ਕਹਿੰਦੇ ਭਾਈ ਧੂੜ ਚਾਹੀਦੀ ਹੈ ਮੈਨੂੰ ਜਿਹੜਾ ਆਪ ਜਪਦਾ ਹੈ ਅਤੇ ਦੂਜਿਆਂ ਨੂੰ ਜਪਾਉਂਦਾ ਹੈ। ਕੋਈ ਨੁਕਰੇ ਬਹਿ ਕੇ ਆਪ ਜਪੀ ਜਾਏ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ, ਪਰ ਜਦੋਂ ਕੋਈ ਇਹ ਕਹਿੰਦਾ ਵੀ ਕੋਈ ਹੋਰ ਵੀ ਜਪ ਲਏ ਅਤੇ ਉਦੋਂ ਫਿਰ ਕਈਆਂ ਨੂੰ ਪ੍ਰੋਬਲਮ ਆਉਂਦੀ ਹੈ।
ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਸ਼ਾਇਦ ਆਨੰਦਪੁਰ ਛੱਡਣਾ ਨਾ ਪੈਂਦਾ ਜੇ ਮਹਾਰਾਜ ਕਹਿੰਦੇ ਵੀ ਆਪਾਂ ਬਹਿ ਕੇ ਜਪਦੇ ਹਾਂ। ਅਤੇ ਬਾਈ ਧਾਰ ਦੇ ਰਾਜਿਆਂ ਨੂੰ ਕੀ ਸਮੱਸਿਆ ਸੀ ਜੀ, ਜਪੀ ਜਾਓ ਬਹਿ ਕੇ, ਪਰ ਸਤਿਗੁਰੂ ਕਹਿੰਦੇ ਆਪ ਜਪਣਾ ਅਤੇ ਦੂਜਿਆਂ ਨੂੰ ਵੀ ਜਪਾਉਣਾ। ਉਹ ਕਹਿੰਦੇ ਹੁਣ ਸਾਨੂੰ ਸਮੱਸਿਆ ਹੈ, ਜਦੋਂ ਦੂਜੇ ਜਪਣਗੇ ਸੱਚ ਨਾਲ ਜੁੜਨਗੇ ਅਕਾਲ ਨਾਲ ਜੁੜਨਗੇ ਤਾਂ ਅਸੀਂ ਕਿਹਨੂੰ ਲੁੱਟਾਂਗੇ, ਦੇਵਤਿਆਂ ਦੇ ਨਾਂ 'ਤੇ, ਵਹਿਮਾਂ ਦੇ ਨਾਂ 'ਤੇ, ਪਖੰਡਾਂ ਦੇ ਨਾਮ 'ਤੇ। ਅਤੇ ਮਹਾਰਾਜ ਦੀਆਂ 14 ਜੰਗਾਂ 'ਚੋਂ 12 ਜੰਗਾਂ ਉਹਨਾਂ ਪਹਾੜੀ ਰਾਜਿਆਂ ਦੇ ਨਾਲ ਹੀ ਨੇ ਜਿਨ੍ਹਾਂ ਨੂੰ ਸਲਾਹ ਦੇਣ ਵਾਲੇ ਅਖੌਤੀ ਧਰਮ ਦੇ ਠੇਕੇਦਾਰ ਸਨ, ਮਨੁੱਖਤਾ ਨੂੰ ਲੁੱਟਣ ਵਾਲੇ ਇਨਸਾਨੀਅਤ ਦੇ ਲੁਟੇਰੇ ਸਨ। ਤੁਸੀਂ ਵੇਖੋ ਗੁਰੂ ਸਾਹਿਬ ਨੇ ਤਾਂ ਚਲੋ ਸ਼ਸਤਰ ਧਾਰਨ ਕੀਤਾ, ਪਰ ਹੁਣ ਭਗਤਾਂ ਨੇ ਮਿਆਨ ਵਿੱਚ ਕਿਹੜੀ ਕਿਰਪਾਨ ਪਾਈ ਸੀ, ਕਬੀਰ ਸਾਹਿਬ ਨੇ ਮਿਆਨ ਵਿੱਚ ਕਿਹੜੀ ਕਿਰਪਾਨ ਪਾਈ ਦਿਸਦੀ ਹੈ ਵੀ ਉਹਨਾਂ ਨੂੰ ਗੰਗਾ ਦੇ ਵਿੱਚ ਪੋਟਲੀ ਬੰਨ੍ਹ ਕੇ ਸੁੱਟ ਦਿੱਤਾ। ਮੰਨਿਆ ਕਿ ਸ਼ਸਤਰਧਾਰੀਆਂ 'ਤੇ ਤਾਂ ਇਹ ਆ ਗਿਆ ਵੀ ਤੁਸੀਂ ਸ਼ਸਤਰ ਰੱਖੇ ਨੇ ਅਤੇ ਇਲਜ਼ਾਮ ਲੱਗ ਗਏ, ਪਰ ਨਾਮਦੇਵ ਨੇ ਕਿਹੜਾ ਸ਼ਸਤਰ ਰੱਖਿਆ? ਉਹਨਾਂ ਭਗਤਾਂ ਨੂੰ ਕਿਸੇ ਨੂੰ ਹਾਥੀ ਅੱਗੇ ਸੁੱਟ ਦਿੱਤਾ ਪੋਟਲੀ 'ਚ ਬੰਨ੍ਹ ਕੇ, ਕਿਸੇ ਨੂੰ ਜੰਜੀਰਾਂ ਨਾਲ ਬੰਨ੍ਹ ਕੇ ਗੰਗਾ 'ਚ ਸੁੱਟ ਦਿੱਤਾ। ਸਮੱਸਿਆ ਕੀ ਸੀ? ਅਸਲ ਵਿੱਚ ਗੱਲ ਇੰਨੀ ਹੈ ਕਿ ਜਦੋਂ ਕੋਈ ਆਪ ਜਪਦਾ ਅਤੇ ਫਿਰ ਦੂਜਿਆਂ ਨੂੰ ਵੀ ਜਪਣ ਲਈ ਕਹਿੰਦਾ ਨਾ, ਅਤੇ ਫਿਰ ਸਰਕਾਰਾਂ ਦੇ ਵੋਟ ਬੈਂਕ ਖਤਰੇ 'ਚ ਪੈ ਜਾਂਦੇ ਹਨ, ਫਿਰ ਇਨਸਾਨੀਅਤ ਦੇ ਲੁਟੇਰਿਆਂ ਨੂੰ ਫਿਕਰ ਪੈ ਜਾਂਦਾ ਵੀ ਇਹ ਇੱਕ ਨਹੀਂ, ਇਹਦੇ ਨਾਲ ਫੌਜ ਖੜੀ ਹੋ ਜਾਏਗੀ ਅਤੇ ਅਸੀਂ ਤਾਂ ਦੁਨੀਆਂ ਨੂੰ ਲੁੱਟਣਾ ਹੈ। ਸਤ ਸੰਗਤ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਉਹ ਗੁਰੂ ਹਨ ਜਿਹੜੇ ਸਾਨੂੰ ਵਸਾਉਂਦੇ ਨੇ, ਆਬਾਦ ਕਰਦੇ ਨੇ, ਜਿਹੜੇ ਸਾਡੇ ਰੋਣਿਆਂ ਨੂੰ ਹਾਸਿਆਂ ਵਿੱਚ ਬਦਲਦੇ ਨੇ। ਵੇਖੋ ਇੱਕ ਰੁੱਤ 'ਤੇ ਬਾਹਰ ਆਉਂਦੀ ਹੈ, ਸਰਦੀ ਲੰਘੀ ਹੈ, ਬਸੰਤ ਆਈ ਹੈ, ਆਖਰੀ ਪੜਾਅ ਲੰਘ ਰਿਹਾ, ਗਰਮੀ ਆਉਣ ਜਾ ਰਹੀ ਹੈ। ਇੱਕ ਤਾਂ ਬਾਹਰ ਦੀਆਂ ਰੁੱਤਾਂ ਨੇ, ਇੱਕ ਰੁੱਤ ਸਾਡੇ ਅੰਦਰ ਬਦਲਦੀ ਹੈ। ਬਾਹਰ ਦੀ ਰੁੱਤ ਨਾਲ ਤੁਸੀਂ ਛੇੜਛਾੜ ਨਹੀਂ ਕਰ ਸਕਦੇ, ਇਹ ਰੁੱਤ ਕੁਦਰਤ ਨੇ ਬਣਾਈ ਹੈ, ਪਰ ਜਿਹੜੀ ਰੁੱਤ ਬੰਦੇ ਦੇ ਮਨ ਵਿੱਚ ਬਦਲਦੀ ਹੈ ਨਾ, ਸਤਿਗੁਰੂ ਜੀ ਕਹਿੰਦੇ ਇਹ ਤੇਰੇ ਵੱਸ ਵਿੱਚ ਹੈ, ਤੂੰ ਅੰਦਰ ਬਸੰਤ ਲੈ ਆ ਭਾਵੇਂ ਪੱਤ ਝੜ ਲੈ ਆ, ਮਰਜ਼ੀ ਤੇਰੀ ਹੈ। ਸਰੀਰ ਨੂੰ ਬਦਲਿਆ ਨਹੀਂ ਜਾ ਸਕਦਾ, ਇਹ ਜੇ ਬਚਪਨ ਹੈ ਤਾਂ ਬਚਪਨ ਹੀ ਰਹਿਣਾ, ਜਵਾਨੀ ਹੈ ਤਾਂ ਜਵਾਨੀ ਰਹਿਣੀ। ਉਹਨੇ ਆਪਣੀ ਸਪੀਡ ਦੇ ਨਾਲ ਅੱਗੇ ਵਧਣਾ ਹੈ, ਉਹਨੂੰ ਤੁਸੀਂ ਕੁਝ ਨਹੀਂ ਕਰ ਸਕਦੇ। ਵੱਖਰੀ ਗੱਲ ਹੈ ਵੀ ਇਸ ਸੰਸਾਰ ਦੇ ਉੱਤੇ ਬੜੀ ਐਡਵਰਟਾਈਜ਼ਮੈਂਟ ਹੈ, ਬੜਾ ਪ੍ਰਾਪੇਗੰਡਾ ਹੈ, ਇਹ ਚੀਜ਼ ਵਰਤੋਂਗੇ ਤਾਂ ਜਵਾਨ ਰਹੋਗੇ, ਥਾਂ ਥਾਂ ਬੋਰਡ ਲੱਗੇ ਨੇ ਜੀ ਇਹ ਕਰੀਮ ਲਾਓ ਤੁਸੀਂ ਸੋਹਣੇ ਲੱਗੋਗੇ, ਪਰ ਸੱਚ ਹੈ ਕਿ ਬੰਦਾ ਜਿਵੇਂ ਦਾ ਹੁੰਦਾ ਸਰੀਰ ਕਰਕੇ ਉਵੇਂ ਦਾ ਹੀ ਰਹਿੰਦਾ, ਤਨ ਨਹੀਂ ਬਦਲਿਆ ਜਾ ਸਕਦਾ। ਝੂਠ ਬੋਲਦੀਆਂ ਨੇ ਕੰਪਨੀਆਂ ਵੀ ਬੰਦੇ ਦਾ ਸਰੀਰ ਬਦਲ ਦੇਣਗੇ, ਤੁਸੀਂ ਜਿੰਨਾ ਮਰਜ਼ੀ ਰੰਗ ਛੰਗ ਲਾ ਲਓ, ਤੁਸੀਂ ਸਾਰਾ ਦਾੜਾ ਇੱਕ ਵਾਲ ਚਿੱਟਾ ਨਾ ਛੱਡੋ, ਵੇਖਣ ਵਾਲੇ ਨੇ ਕਹਿੰਦੇ ਬੰਦਾ ਹੈ ਅਤੇ 50 ਸਾਲ ਦਾ ਦਾੜੀ ਕਾਲੀ ਕੀਤੀ। ਇਹਨੂੰ ਗੁਰੂ ਸਾਹਿਬ ਕਹਿੰਦੇ ਜੇ ਜਰ ਵਾਣਾ ਪਰ ਹਰ ਹੈ, ਜਰ ਵੇਸ ਕਰੇਂਦੀ ਆਈ ਹੈ। ਉਹ ਰੋਮ ਰੋਮ ਬੰਦੇ ਦਾ ਬੋਲ ਕੇ ਦੱਸਦਾ ਤੂੰ ਕਿੰਨੇ ਸਾਲਾਂ ਦਾ। ਸਰੀਰ ਬਦਲਿਆ ਨਹੀਂ ਜਾ ਸਕਦਾ, ਪਰ ਗੁਰੂ ਸਾਹਿਬ ਕਹਿੰਦੇ ਮਨ ਬਦਲਿਆ ਜਾ ਸਕਦਾ। ਜਿਹੜੀ ਚੀਜ਼ ਬਦਲੀ ਜਾ ਸਕਦੀ ਹੈ ਉੱਥੇ ਬੰਦਾ ਜ਼ੋਰ ਨਹੀਂ ਲਾਉਂਦਾ, ਅਤੇ ਜਿਹਨੂੰ ਬਦਲਿਆ ਨਹੀਂ ਜਾ ਸਕਦਾ ਉੱਥੇ ਬੰਦਾ ਬੜਾ ਜ਼ੋਰ ਲਾਉਂਦਾ ਵੀ ਇਹਨੂੰ ਬਦਲਣਾ ਹੈ। ਮਹਾਰਾਜ ਕਹਿੰਦੇ ਉਹ ਮਨ ਬਦਲਿਆ ਜਾ ਸਕਦਾ, ਇਹਨੂੰ ਬਦਲ।
ਗੁਰੂ ਸਾਹਿਬ ਨੇ ਚੋਰਾਂ ਨੂੰ ਸਾਧ ਬਣਾਇਆ। ਅਸੀਂ ਬਿਧੀ ਚੰਦ ਨੂੰ ਗੁਰੂ ਦਾ ਸੀਨਾ ਕਹਿੰਦੇ ਹਾਂ। ਜੇ ਉਹਦਾ ਪਿਛੋਕੜ ਵੇਖੋ ਚੋਰ ਹੈ, ਅਤੇ ਚੋਰੀ ਚੋਰ ਉਦੋਂ ਵੀ ਕਾਹਦੀਆਂ ਕਰਦੇ ਸਨ, ਚੋਰਾਂ ਦੀਆਂ ਚੋਰੀਆਂ ਸਨ ਵੀ ਕਿਸੇ ਦੀਆਂ ਮੱਝਾਂ ਖੋਲ੍ਹ ਕੇ ਲੈ ਗਏ, ਕਿਸੇ ਦੇ ਰਸੋਈ ਦਾ ਸਮਾਨ ਚੁੱਕ ਕੇ ਲੈ ਗਏ। ਬਿਧੀ ਚੰਦ ਜੀ ਨੇ ਕੰਮ ਕੀਤਾ ਸੀ, ਉਹਨਾਂ ਨੇ ਚੋਰੀਆਂ ਕੀਤੀਆਂ, ਪਰ ਗੁਰਮੁਖਾਂ ਦਾ ਸੰਗ ਹੋਇਆ, ਸਤ ਸੰਗਤ ਵਿੱਚ ਆ ਕੇ ਬੈਠੇ। ਅਤੇ ਸੰਗਤ ਤੋਂ ਥਾਂ ਹੈ ਇਹਨੂੰ ਕਿਹਾ ਹੋਲੀ ਕੀਨੀ ਸੰਤ ਸੇਵ, ਰੰਗ ਲਾਗਾ ਅਤ ਲਾਲ ਦੇਵ। ਕਈ ਹੋਣਗੇ ਜਿਨ੍ਹਾਂ ਨੇ ਹੋਲੀ ਖੇਡੀ ਹੈ ਕੁਝ ਦਿਨ ਪਹਿਲਾਂ, ਅਤੇ ਉਹਦੇ ਵਿੱਚ ਕਈ ਤਰ੍ਹਾਂ ਦੇ ਰੰਗ ਛੰਗ ਲਾਏ, ਅਤੇ ਗੁਰੂ ਸਾਹਿਬ ਨੇ ਇੱਕ ਹੋਲੀ ਦਾ ਜ਼ਿਕਰ ਕੀਤਾ। ਮਹਾਰਾਜ ਕਹਿੰਦੇ ਸੱਤ ਸੰਗਤ ਵਿੱਚ ਹੋਲੀ ਖੇਡੀ ਜਾਂਦੀ ਹੈ ਜੀ। ਇੱਕ ਤਾਂ ਹੋਲੀ ਮਨਮਤੀਏ ਖੇਡਦੇ ਨੇ ਸਰੀਰਾਂ ਦੇ ਉੱਤੇ ਰੰਗ ਪਾ ਕੇ, ਇੱਕ ਹੋਲੀ ਉਹ ਹੈ ਜਿਹੜੀ ਗੁਰਮੁਖ ਖੇਡਦੇ ਨੇ। ਇਹ ਵਿਸਲ ਵੱਜ ਰਹੀ ਹੈ, ਥੋੜ੍ਹੀ ਜਿਹੀ ਆਵਾਜ਼ ਘੱਟ ਕਰੋ ਜੀ, ਵਿਸਲ ਆ ਰਹੀ ਹੈ। ਇੱਕ ਹੋਲੀ ਉਹ ਹੈ ਜਿਹੜੀ ਰੱਬ ਦੇ ਪਿਆਰੇ ਖੇਡਦੇ ਨੇ, ਉਹ ਖੇਡਣ ਦੀ ਥਾਂ ਆ ਸੱਤ ਸੰਗਤ ਹੈ। ਹੋਲੀ ਕਿੰਨੀ ਸੰਤ ਸੇਵ, ਗੁਰਮੁਖਾਂ ਦੀ ਸਭਾ ਦੇ ਵਿੱਚ ਹੋਲੀ ਖੇਡ। ਤੁਸੀਂ ਕਹੋ ਜੀ ਰੰਗ ਕਿਹੜਾ ਛਿੜਕਿਆ ਜਾਂਦਾ, ਰੰਗ ਲਾਗਾ ਅਤ ਲਾਲ ਦੇਵ। ਇੱਥੇ ਪ੍ਰਭੂ ਦੇ ਪ੍ਰੇਮ ਦਾ ਰੰਗ ਛਿੜਕਿਆ ਜਾਂਦਾ ਹੈ, ਪ੍ਰਭੂ ਦੇ ਪਿਆਰ ਦਾ ਰੰਗ, ਰੰਗ ਲਾਗਾ ਅਤ ਲਾਲ ਦੇਵ। ਭਾਈ ਨੰਦ ਲਾਲ ਜੀ ਨੇ ਪਰਸ਼ੀਅਨ ਦਾ ਸ਼ਬਦ ਵਰਤਿਆ ਗੁਲਾਲ, ਅਤੇ ਮੇਰੇ ਵਰਗਿਆਂ ਕਈਆਂ ਨੇ ਉਹ ਸ਼ਬਦ ਐਸਾ ਚੁੱਕਿਆ ਅਤੇ ਉਹ ਕਹਿੰਦੇ ਗੁਲਾਲ ਦਾ ਜ਼ਿਕਰ ਹੈ ਅਤੇ ਸੁੱਟੋ ਇੱਕ ਦੂਜੇ 'ਤੇ ਰੰਗ, ਕਿਉਂਕਿ ਪੁੱਛਣ ਵਾਲਾ ਕੋਈ ਨਹੀਂ। ਹਰ ਬੰਦਾ ਆਪਣੇ ਮੁਤਾਬਕ ਕਿਸੇ ਚੀਜ਼ ਦਾ ਅਰਥ ਲੈ ਕੇ ਜਿਹੜੀ ਚੀਜ਼ ਉਹਨੂੰ ਚੰਗੀ ਲੱਗਦੀ ਉਸ ਪਾਸੇ ਨੂੰ ਹੋ ਤੁਰਦਾ। ਗੁਰੂ ਸਾਹਿਬ ਨੇ ਇੱਦਾਂ ਦੀਆਂ ਹੋਲੀਆਂ ਖੇਡਣ ਵਾਸਤੇ ਨਹੀਂ ਕਿਹਾ। ਗੁਰੂ ਉਹ ਹੈ ਜਿਹੜਾ ਸਮਾਜ ਵਿੱਚ ਪਈਆਂ ਲਕੀਰਾਂ ਨੂੰ ਢਾਉਣ ਦੀ ਥਾਂ 'ਤੇ ਉਹਨਾਂ ਦੇ ਬਰਾਬਰ ਵੱਡੀਆਂ ਲਕੀਰਾਂ ਖਿੱਚ ਦਿੰਦਾ। ਦੁਨੀਆ 'ਤੇ ਨਿੱਕੀ ਜਿਹੀ ਲਕੀਰ ਸੀ ਹੋਲੀ ਦੀ, ਮਹਾਰਾਜ ਨੇ ਪੈਰਲਲ ਲਕੀਰ ਖਿੱਚੀ, ਬਹੁਤ ਵੱਡੇ ਆਕਾਰ ਦੀ ਖਿੱਚੀ, ਉਹਨੂੰ ਆਖਿਆ ਹੋਲਾ ਮਹੱਲਾ। ਕਿਉਂਕਿ ਮਾਨਸਿਕਤਾ ਇੱਕ ਦਿਨ ਵਿੱਚ ਨਹੀਂ ਬਦਲੀ ਜਾਂਦੀ, ਤੁਸੀਂ ਕਿਸੇ ਬੰਦੇ ਨੂੰ ਬਦਲਣਾ ਹੋਵੇ ਨਾ ਥੋੜ੍ਹਾ ਜਿਹਾ ਸਮਾਂ ਲੱਗਦਾ। ਮਹਾਰਾਜ ਨੇ ਵੇਖਿਆ ਸਦੀਆਂ ਤੋਂ ਇਹਨਾਂ ਦੀ ਮਾਨਸਿਕਤਾ ਬਣੀ ਹੈ ਇੱਕ ਦੂਜੇ 'ਤੇ ਚਿੱਕੜ ਸੁੱਟਣ ਦੀ, ਇਹਨੂੰ ਇੱਕਦਮ ਬਦਲਿਆ ਨਹੀਂ ਜਾ ਸਕਦਾ। ਪੈਰਲਲ ਵੱਡੀ ਲਕੀਰ ਖਿੱਚਦਿਆਂ ਸਤਿਗੁਰਾਂ ਨੇ ਖਾਲਸੇ ਨੂੰ ਹੋਲਾ ਬਖਸ਼ਿਆ, ਕਿਉਂਕਿ ਸਮਾਂ ਲੱਗਦਾ ਬਦਲਦਿਆਂ। ਸਤ ਸੰਗਤ ਵੇਖੋ, ਜੇ ਅੱਜ ਤੁਸੀਂ ਇਹ ਸਵਾਲ ਕਰੋ ਵੀ ਦੱਸੋ ਜੀ ਪਹਿਲੇ ਦਿਨ ਫਤਿਹ ਕਿਹੜੇ ਦਿਨ ਬੁਲਾਈ ਗਈ, ਤਾਂ ਮੇਰੇ ਕੋਲ ਇਹਦਾ ਕੋਈ ਜਵਾਬ ਨਹੀਂ, ਤੁਹਾਡੇ ਕੋਲ ਹੈ ਤਾਂ ਮੈਨੂੰ ਜ਼ਰੂਰ ਦੇਣਾ। ਪਹਿਲੇ ਦਿਨ ਕਕਾਰ ਸਿੱਖਾਂ ਨੇ ਕਦੋਂ ਧਾਰਨ ਕੀਤੇ, ਪਹਿਲਾ ਦਿਨ ਉਹ ਕਿਹੜਾ ਸੀ ਜਦੋਂ ਸਿੱਖਾਂ ਨੇ ਕਿਰਪਾਨ ਪਾਈ, ਮੇਰੇ ਕੋਲ ਕੋਈ ਤਰੀਕ ਨਹੀਂ ਹੈ, ਤੁਹਾਡੇ ਕੋਲ ਹੈ ਮੈਨੂੰ ਜ਼ਰੂਰ ਦੱਸਿਓ। ਪਹਿਲੇ ਦਿਨ ਜਕਾਰਾ ਕਿੱਦਣ ਲਾਇਆ ਗਿਆ, ਕੋਈ ਤਰੀਕ ਨਹੀਂ ਹੈ, ਕਿਉਂਕਿ ਇਹ ਚੀਜ਼ਾਂ ਲਿਆਉਣ ਵਾਸਤੇ ਸਮਾਂ ਲੱਗਦਾ ਹੈ। ਅੰਮ੍ਰਿਤ ਦੀ ਦਾਤ ਦੇਣ ਤੋਂ ਪਹਿਲਾਂ ਹੀ ਸਿੱਖ ਕੇਸਾਧਾਰੀ ਨੇ, ਪਹਿਲਾਂ ਹੀ ਸ਼ਸਤਰਧਾਰੀ ਨੇ, ਪਹਿਲਾਂ ਹੀ ਉਹਨਾਂ ਦੇ ਗੁੱਟਾਂ ਵਿੱਚ ਕੜੇ ਨੇ, ਉਹ ਪਹਿਲਾਂ ਹੀ ਕਛਹਿਰਾ ਪਾਉਂਦੇ ਹਨ, ਅਤੇ ਉਹਨਾਂ ਦੀ ਪਹਿਲੀ ਤਰੀਕ ਤੁਸੀਂ ਇਸ ਤਰ੍ਹਾਂ ਨਹੀਂ ਕੱਢ ਸਕਦੇ। ਉਹ ਮਹਾਰਾਜ ਨੇ ਹੌਲੀ ਹੌਲੀ ਉਹ ਚੀਜ਼ਾਂ ਲੈ ਕੇ ਆਉਂਦੀਆਂ ਵੀ ਪਹਿਲੇ ਦਿਨ ਫਤਿਹ ਕਦੋਂ ਬੁਲਾਈ, ਤਰੀਕ ਕੋਈ ਨਹੀਂ ਸਾਡੇ ਕੋਲ।
ਮਾਨਸਿਕਤਾ ਦੇ ਵਿੱਚ ਇਹ ਚੀਜ਼ਾਂ ਨੂੰ ਉਤਾਰਨ ਵਾਸਤੇ ਸਮਾਂ ਲੱਗਦਾ ਹੈ। ਬਾਣੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ, ਗੁਰੂ ਨਾਨਕ ਸਾਹਿਬ ਇਹ ਸਾਰੀ ਬਾਣੀ ਪਹਿਲੇ ਜਾਮੇ 'ਚ ਹੀ ਉਚਾਰ ਦਿੰਦੇ, ਪਰ ਸਤਿਗੁਰਾਂ ਨੇ ਵੇਖਿਆ ਲਾਭ ਕੋਈ ਨਹੀਂ ਹੋਣਾ, ਪਹਿਲੇ ਜਾਮੇ 'ਚ ਉਚਾਰ ਦਿੱਤੀ। ਅਸਲ ਵਿੱਚ ਇਹਨਾਂ ਨੂੰ ਬਾਣੀ ਮੁਤਾਬਕ ਜਿਉਂ ਕੇ ਵਿਖਾਉਣਾ ਪੈਣਾ, ਨਹੀਂ ਤਾਂ ਇਹਨਾਂ ਨੇ ਯਕੀਨ ਨਹੀਂ ਕਰਨਾ। ਇਹ ਕਹਿਣਗੇ ਵੀ ਸਾਨੂੰ ਗੁਰੂ ਕਹਿ ਗਿਆ ਗ੍ਰਿਸਤੀ ਜੀਵਨ ਬਿਤਾਈਦਾ, ਅਤੇ ਇਹਦਾ ਆਪਣਾ ਗ੍ਰਿਸਤ ਕਿੱਥੇ ਹੈ? ਅਤੇ ਗੁਰੂ ਨੇ ਫਿਰ ਵਿਖਾਇਆ, ਭਾਈ ਮੇਰੇ ਘਰ ਵਿੱਚ ਵੀ ਧੀਆਂ ਵੀ ਆਈਆਂ, ਪੁੱਤਰ ਵੀ ਆਏ, ਮੈਂ ਵੀ ਧੀਆਂ ਦੇ ਆਨੰਦ ਕਾਰਜ ਕੀਤੇ, ਤੁਸੀਂ ਵੀ ਕਰਿਓ। ਅਤੇ ਜਿਹੋ ਜਿਹੀਆਂ ਵਿਪਤਾਵਾਂ ਗ੍ਰਿਸਤੀ ਜੀਵਨ ਜਿਉਂਦਿਆਂ ਮੇਰੇ 'ਤੇ ਆਈਆਂ ਨੇ ਨਾ, ਸ਼ਾਇਦ ਤੁਹਾਡੇ 'ਤੇ ਨਾ ਆਉਣ, ਇਸ ਲਈ ਤੁਸੀਂ ਕਦੇ ਘਬਰਾਇਓ ਨਾ। ਵੇਖੋ ਆਪਾਂ ਜਿੰਨੇ ਬੈਠੇ ਹਾਂ, ਹੁਣ ਕਿੰਨੇ ਇੱਦਾਂ ਦੇ ਹਾਲਾਤ ਹੋਣਗੇ ਵੀ ਕਿਸੇ ਦੀ ਧੀ ਦਾ ਆਨੰਦ ਕਾਰਜ ਹੋਏ ਅਤੇ ਬੰਦੇ 'ਤੇ ਹਮਲਾ ਹੋ ਜਾਏ। ਗੁਰੂ ਹਰਗੋਬਿੰਦ ਪਾਤਸ਼ਾਹ ਦੀ ਧੀ ਦਾ ਆਨੰਦ ਕਾਰਜ ਹੈ ਅਤੇ ਫੌਜ ਚੜ੍ਹ ਕੇ ਆ ਗਈ। ਆਪਾਂ ਤਾਂ ਇੱਥੇ ਤੱਕ ਮੁਹਾਵਰਾ ਬਣਾਇਆ ਨਾ ਵੀ ਵਿਆਹ ਭੇਜਿਆ ਅਤੇ ਗਾਹ ਭੇਜਿਆ ਬੜਾ ਤੰਗ ਕਰਦੇ ਨੇ। ਆਪਾਂ ਤਾਂ ਭੇਜਣ ਤੱਕ ਹੀ ਸੀਮਤ ਆ, ਪਰ ਗੁਰੂ ਦੇ ਘਰ 'ਤੇ ਧੀ ਦਾ ਆਨੰਦ ਕਾਰਜ ਹੈ ਅਤੇ ਫੌਜ ਚੜ੍ਹ ਕੇ ਆ ਗਈ। ਜਿਹੜੀਆਂ ਵਿਪਤਾਵਾਂ ਸਤਿਗੁਰੂ ਨੇ ਉਹਨਾਂ ਦਾ ਸਾਹਮਣਾ ਕੀਤਾ, ਉਹ ਆਪਣੇ ਆਪ ਵਿੱਚ ਇੱਕ ਮਿਸਾਲ ਹੈ। ਗੁਰੂ ਦੇ ਘਰ ਵਿੱਚ ਨੋਹਾਂ ਵੀ ਨੇ, ਗੁਰੂ ਦੇ ਘਰ 'ਚ ਸੱਸ ਵੀ ਹੈ, ਨੂੰਹ ਵੀ ਹੈ, ਪਰ ਤੁਹਾਨੂੰ ਕਦੇ ਸੱਸ ਅਤੇ ਨੂੰਹ ਦਾ ਝਗੜਾ ਇਤਿਹਾਸ ਦੇ ਕਿਸੇ ਪੰਨੇ 'ਤੇ ਲਿਖਿਆ ਨਹੀਂ ਮਿਲੇਗਾ। ਪਰ ਜਦੋਂ ਸਾਡੇ ਪਰਿਵਾਰਾਂ 'ਚ ਝਾਤੀ ਮਾਰਦੇ, ਇੰਝ ਲੱਗਦਾ ਵੀ ਰਹਿ ਹੀ ਇਹ ਗਿਆ, ਰਹਿ ਹੀ ਝਗੜੇ ਗਏ, ਔਰ ਝਗੜੇ ਵਕੀਲਾਂ ਦੇ ਖੋਖਿਆਂ ਦੀ ਰੌਣਕ ਬਣ ਗਏ। ਸਤ ਸੰਗਤ, ਗੁਰੂ ਨੇ ਗ੍ਰਿਸਤੀ ਜੀਵਨ ਜਿਉਂ ਕੇ ਵਿਖਾਇਆ ਹੈ। ਉਹਨੇ ਕਿਹਾ ਉਹ ਕਿਸੇ ਦਾ ਕੁਆਰਾ ਪੁੱਤ ਚੜ੍ਹਾਈ ਕਰ ਜਾਏ, ਘਬਰਾਇਓ ਨਾ, ਮੇਰੇ ਚਾਰ ਸੀ, ਮੇਰੇ ਚਾਰੇ ਹੀ ਉਹ ਆਨੰਦ ਕਾਰਜ ਤੋਂ ਪਹਿਲਾਂ ਹੀ ਸ਼ਹੀਦੀ ਪਾ ਗਏ। ਇਹ ਜਿਉਂ ਕੇ ਵਿਖਾਇਆ ਨਾ, ਕਿਵੇਂ ਦਾ ਗ੍ਰਿਸਤ ਸਿੱਖ ਜਿਉਂਦਾ ਹੈ ਜਿਸ ਦੇ ਵਿੱਚ ਸ਼ੁਕਰਾਨਾ ਹੈ, ਜਿਸ ਦੇ ਵਿੱਚ ਦੁੱਖ ਵੇਲੇ ਅਰਦਾਸ ਹੈ ਅਤੇ ਸੁੱਖ ਵੇਲੇ ਸ਼ੁਕਰਾਨਾ ਹੈ। ਉਹ ਕਾਂ ਨੂੰ ਕਹਿੰਦੇ ਜਦੋਂ ਖੁਸ਼ੀ ਹੁੰਦੀ ਅਤੇ ਗੰਦਗੀ ਫੁੱਲਦਾ। ਮਨਮੁੱਖ ਬੰਦੇ ਨੂੰ ਜਦੋਂ ਖੁਸ਼ੀ ਹੁੰਦੀ ਹੈ ਅਤੇ ਸ਼ਰਾਬ ਦੀਆਂ ਬੋਤਲਾਂ ਫੁੱਲਦਾ, ਖੋਲਦਾ, ਨਸ਼ਿਆਂ ਨੂੰ ਖੋਲਦਾ, ਪਰ ਗੁਰਸਿੱਖ ਨੂੰ ਜਦੋਂ ਕਿਤੇ ਚਾਹ ਚੜ੍ਹਦਾ, ਖੁਸ਼ੀ ਆਏ ਅਤੇ ਕਹਿੰਦਾ ਉਹ ਬਹਿ ਕੇ ਬਾਣੀ ਪੜ੍ਹੀਏ, ਗੁਰੂ ਕੋਲ ਬਹਿ ਕੇ ਕੀਰਤਨ ਸੁਣੀਏ, ਗੁਰਮਤਿ ਸਮਾਗਮ ਕਰਾਈਏ, ਸੰਗਤਾਂ ਇਕੱਠੀਆਂ ਕਰੀਏ। ਇੱਕ ਹੰਸ ਬਿਰਤੀ ਹੈ, ਇੱਕ ਕਾਂ ਬਿਰਤੀ ਹੈ। ਮਨ ਨੂੰ ਬਦਲਿਆ ਜਾ ਸਕਦਾ ਹੈ, ਮਨ ਨੂੰ ਹੰਸ ਵੀ ਬਣਾ ਸਕਦਾ ਅਤੇ ਕਾਂ ਵੀ ਬਣਾ ਸਕਦਾ। ਗੁਰੂ ਸਾਹਿਬ ਕਹਿੰਦੇ ਜਿਹਨੂੰ ਬਦਲਿਆ ਜਾ ਸਕਦਾ ਹੈ ਉਹਨੂੰ ਬਦਲਣ ਦਾ ਯਤਨ ਕਰ। ਪਾਤਸ਼ਾਹ ਨੇ ਬਦਲੇ ਨੇ, ਮਹਾਰਾਜ ਨੇ ਡਾਕੂ ਬਦਲੇ, ਚੋਰ ਬਦਲੇ, ਐਡੇ ਵੱਡੇ ਵੱਡੇ ਉਹ ਮਾਇਆਧਾਰੀ ਬਦਲੇ, ਦੁਨੀ ਚੰਦ ਵਰਗੇ, ਜਿਨ੍ਹਾਂ ਦੇ ਸੱਤ ਸੱਤ ਝੰਡੇ, ਜਿਨ੍ਹਾਂ ਦੀਆਂ ਹਵੇਲੀਆਂ 'ਤੇ ਝੂਲਦੇ ਸਨ। ਇੱਕ ਝੰਡੇ ਦਾ ਮਤਲਬ ਹੁੰਦਾ ਸੀ ਬੰਦਾ ਜਿਹੜਾ 1 ਲੱਖ ਟੈਕਸ ਪੇ ਕਰਦਾ। ਇਹ ਗੋਰਿਆਂ ਦੇ ਰਾਜ ਤੱਕ ਸਿਸਟਮ ਰਿਹਾ ਹੈ ਵੀ ਜਿੰਨਾ ਬੰਦਾ ਟੈਕਸ ਪੇ ਕਰਦਾ ਉਹ ਉਹਨੇ ਝੰਡੇ ਲਾ ਸਕਦਾ, 1 ਲੱਖ 2 ਲੱਖ। ਇਹ ਟੈਕਸ ਪੇ ਕਰਨ ਦੀ ਇੱਕ ਨਿਸ਼ਾਨੀ ਹੁੰਦੀ ਸੀ ਵੀ ਇੰਨਾ ਤਾਂ ਬੰਦਾ ਸਰਕਾਰ ਦੇ ਖਜ਼ਾਨੇ 'ਚ ਭਰੀ ਜਾਂਦਾ, ਇੰਨੀ ਅਮੀਰੀ ਹੈ। ਦੁਨੀ ਚੰਦ ਐਡੀ ਅਮੀਰ ਹਸਤੀ ਹਉਮੈ ਦਾ ਕਿੱਲਾ ਧੌਣ 'ਚ ਠੋਕਿਆ, ਪਰ ਸਤਿਗੁਰੂ ਨੇ ਉਹਨੂੰ ਕੱਢਿਆ, ਉਹਦੇ ਮਨ ਨੂੰ ਬਦਲਿਆ,
ਸੂਈ ਦਿੱਤੀ ਅਸੀਂ ਕਹਿੰਦੇ ਹਾਂ, ਅਸਲ ਵਿੱਚ ਉਹ ਸੂਈ ਦਿੱਤੀ ਨਹੀਂ, ਉਹਦੇ ਸੂਈ ਲਾਈ ਸੀ, ਕਿਉਂਕਿ ਸੂਈ ਲਾਈ ਤੋਂ ਬਿਨਾਂ ਬੰਦਾ ਸੁਚੇਤ ਨਹੀਂ ਹੁੰਦਾ। ਮਹਾਰਾਜ ਸੂਈ ਲਾਉਂਦੇ ਨੇ, ਦੁੱਖ ਦਾਰੂ ਸੁੱਖ ਰੋਗ ਭਇਆ, ਮਹਾਰਾਜ ਕਹਿੰਦੇ ਦੁੱਖਾਂ ਦੀ ਸੂਈ ਤੈਨੂੰ ਲਾਉਣੀ ਪੈਂਦੀ ਹੈ, ਨਹੀਂ ਤੇ ਤੂੰ ਗੁਰਦੁਆਰੇ ਕੋਈ ਵਿਰਲਾ ਜਿਹੜਾ ਸਿੱਧਾ ਸਿੱਧਾ ਆ ਜਾਂਦਾ, ਨਹੀਂ ਤੇ ਦੁੱਖਾਂ ਦੇ ਵਰੰਟ ਜਾਰੀ ਕਰਕੇ ਗੁਰੂ ਨੂੰ ਬੰਦਾ ਸੱਦਣਾ ਪੈਂਦਾ ਇੱਥੇ, ਵੀ ਤੂੰ ਸਿੱਧਾ ਸਿੱਧਾ ਆਇਆ ਨਹੀਂ, ਹੁਣ ਤੈਨੂੰ ਮੈਂ ਆਪਣੇ ਕੋਲ ਬੁਲਾਉਣਾ। ਇਸ ਲਈ ਦੁੱਖ ਨੂੰ ਇੰਨਾ ਮਾੜਾ ਨਾ ਕਹਿਣਾ ਜਿਹੜਾ ਗੁਰੂ ਨੂੰ ਚੇਤੇ ਕਰਾ ਦੇਵੇ, ਤੂੰ ਉਹਦਾ ਕਿਉਂ ਨਹੀਂ ਆਇਆ, ਹੁਣ ਹੀ ਚੱਲ ਕੇ ਆਇਆ। ਇਸ ਲਈ ਗੁਰਸਿੱਖੀ ਬਾਰੀਕ ਹੈ, ਇਹ ਕੋਈ ਇੰਨੀ ਮੋਟੀ ਚੀਜ਼ ਨਹੀਂ। ਦੁਨਿਆਵੀ ਵਿੱਦਿਆ ਹੋਏਗੀ ਆਪਣੀ ਥਾਂ ਦੇ ਉੱਤੇ, ਪਰ ਗੁਰਸਿੱਖੀ ਦੀ ਜਦੋਂ ਵਿੱਦਿਆ ਅਸੀਂ ਲੈਣੀ, ਉਹ ਕੇਵਲ ਗੁਰੂ ਕੋਲੋਂ ਮਿਲਣੀ ਹੈ, ਉਹ ਬਾਣੀ ਵਿੱਚੋਂ ਮਿਲਣੀ ਹੈ, ਅਤੇ ਬਾਣੀ ਦੀ ਸੰਥਿਆ ਕਰਨੀ ਪੈਣੀ ਹੈ, ਗੁਰਮੁਖਾਂ ਦੇ ਕੋਲੋਂ ਬਾਣੀ ਪੜ੍ਹਨੀ ਸਿੱਖਣੀ ਪੈਣੀ ਹੈ। ਭਾਈ ਸਾਹਿਬ ਜੀ ਹੁਣੇ ਬੇਨਤੀ ਕਰਕੇ ਗਏ ਨੇ ਵੀ ਗੁਰਮਤਿ ਵਿਦਿਆਲਾ ਇਸ ਇਲਾਕੇ 'ਚ ਵਿੱਦਿਆ ਵੰਡ ਰਿਹਾ, ਅਤੇ ਸਤਸੰਗਤ ਪੰਜਾਬ ਦੇ ਵੱਡੇ ਵੱਡੇ ਇਲਾਕੇ ਨੇ ਜਿੱਥੇ ਤੁਹਾਨੂੰ ਇੱਕ ਵੀ ਗੁਰਮਤਿ ਵਿਦਿਆਲਾ ਨਹੀਂ ਮਿਲੇਗਾ। ਜਿਨ੍ਹਾਂ ਨੇ ਜ਼ਿੰਮੇਵਾਰੀ ਨਿਭਾਉਣੀ ਸੀ, ਸਾਡੀ ਸਭ ਤੋਂ ਵੱਡੀ ਸੰਸਥਾ, ਉਹ ਵਿਚਾਰੇ ਨਿਭਾ ਨਹੀਂ ਸਕੇ, ਰੱਬ ਜਾਣੇ ਉਹ ਕਿਹੜੇ ਕੰਮਾਂ 'ਚ ਉਲਝੇ ਰਹਿ ਗਏ। ਅਤੇ ਜਿੱਥੇ ਕਿਤੇ ਕੋਈ ਗੁਰਸਿੱਖ ਪਿਆਰਾ ਉੱਦਮ ਕਰਦਾ ਨਾ, ਜੇ ਤੁਸੀਂ ਕੁਝ ਵੀ ਨਹੀਂ ਯੋਗਦਾਨ ਪਾ ਸਕਦੇ, ਘੱਟੋ ਘੱਟ ਉਹਨੂੰ ਜਾ ਕੇ ਸ਼ਾਬਾਸ਼ ਜ਼ਰੂਰ ਦਿਓ ਵੀ ਅਸੀਂ ਤਾਂ ਨਹੀਂ ਕਰ ਸਕੇ, ਤੂੰ ਇਹ ਗੁਰੂ ਵਾਲਾ ਕੰਮ ਕਰ ਗਿਆ, ਵਾਹਿਗੁਰੂ ਤੇਰੇ 'ਤੇ ਮਿਹਰ ਕਰੇ। ਸਤਸੰਗਤ ਕੌਮ ਦੀ ਪਨੀਰੀ ਨੂੰ ਸੰਭਾਲਣਾ ਅੱਜ ਸਾਡੀ ਸਭ ਤੋਂ ਵੱਡੀ ਜ਼ਰੂਰਤ ਹੈ। ਕੌਮ ਦੀ ਪਨੀਰੀ ਕੌਮ ਦਾ ਭਵਿੱਖ ਹੈ, ਉਹਨਾਂ ਦੇ ਚਿਹਰੇ ਦੱਸ ਰਹੇ ਨੇ ਵੀ ਆਉਣ ਵਾਲਾ ਸਮਾਂ ਪੰਜਾਬ ਵਿੱਚ ਕਿਵੇਂ ਦਾ ਆਏਗਾ। ਤੁਸੀਂ ਪੰਜਾਬ ਦੇ ਸਕੂਲ ਵਿੱਚ ਵੜ ਕੇ ਵੇਖੋ ਕਿੰਨੇ ਬੱਚੇ ਤੁਹਾਨੂੰ ਪੰਜਾਬੀ ਬੋਲਦੇ ਮਿਲਦੇ ਨੇ ਅਤੇ ਕਿੰਨੇ ਹਿੰਦੀ ਬੋਲਦੇ ਮਿਲਦੇ ਨੇ। ਮਾਹੌਲ ਸਕੂਲ ਵਿੱਚ ਜਾ ਕੇ ਵੇਖੋ ਜਿੱਥੇ ਪਨੀਰੀ ਹੈ, ਪਨੀਰੀ ਦੱਸੇਗੀ ਇੱਥੇ ਆਉਣ ਵਾਲੀ ਫਸਲ ਕਿਵੇਂ ਦੀ ਆਉਣ ਵਾਲੀ ਹੈ, ਕਿਵੇਂ ਦਾ ਝਾੜ ਨਿਕਲਣ ਵਾਲਾ ਹੈ। ਇਸ ਲਈ ਜਿੱਥੇ ਆਪਣੇ ਪਰਿਵਾਰ ਦੇ ਫਰਜ਼ਾਂ ਨੂੰ ਨਿਭਾ ਰਹੇ ਹਾਂ ਨਾ, ਆਓ ਪੰਥਕ ਫਰਜ਼ਾਂ ਨੂੰ ਨਿਭਾਈਏ। ਪੰਥਕ ਫਰਜ਼ ਕਹਿ ਰਿਹਾ ਸਾਡੇ ਬੱਚਿਆਂ ਦੇ ਸਿਰ 'ਤੇ ਦਸਤਾਰਾਂ ਹੋਣ, ਇਹਨਾਂ ਨੂੰ ਬਾਣੀ ਪੜ੍ਹਨੀ ਆਉਂਦੀ ਹੋਵੇ, ਇਹਨਾਂ ਦਾ ਗੁਰੂ ਦੇ ਬਖਸ਼ੇ ਹੋਏ ਕਕਾਰਾਂ ਦੇ ਨਾਲ ਪਿਆਰ ਹੋਵੇ, ਅਤੇ ਗੁਰੂ ਧੂੜ ਮੰਗਦਾ ਹੈ ਉਹਨਾਂ ਸਿੱਖਾਂ ਦੀ ਜਿਹੜੇ ਆਪ ਜਪਦੇ ਨੇ ਅਤੇ ਹੋਰਾਂ ਨੂੰ ਜਪਾਉਂਦੇ ਨੇ। ਇਹ ਜਪਾਉਣਾ ਹੀ ਹੈ ਨਾ, ਵੀ ਕਿਸੇ ਦਾ ਕਕਾਰਾਂ ਨਾਲ ਤੁਸੀਂ ਪਿਆਰ ਪਵਾ ਦਿੱਤਾ, ਸਿਰ 'ਤੇ ਕੇਸਾਂ ਦੇ ਸਤਿਕਾਰ ਵਿੱਚ ਕਿਸੇ ਨੂੰ ਦਸਤਾਰ ਬੰਨਣੀ ਸਿਖਾ ਦਿੱਤੀ, ਉਹਨੂੰ ਪ੍ਰੇਰਿਤ ਕਰ ਦਿੱਤਾ, ਉਹਨੂੰ ਗੁਰੂ ਦੇ ਨੇੜੇ ਲੈ ਆਉਂਦਾ, ਨੇੜੇ ਆ ਗਿਆ ਅਤੇ ਗੁਰੂ ਦੇ ਉਹ ਬਾਣੀ ਵੀ ਪੜ੍ਹੇਗਾ, ਗੁਰੂ ਦਾ ਆਗਿਆਕਾਰੀ ਵੀ ਬਣੇਗਾ। ਭਗਤ ਨਾਮਦੇਵ ਜੀ ਨੇ ਇੱਕ ਉਪਦੇਸ਼ ਦਿੱਤਾ ਸਾਨੂੰ, ਉਹਨਾਂ ਦੇ ਸ਼ਬਦ ਦੇ ਮੈਂ ਅਖਰੀ ਅਰਥ ਕਰਨੇ ਹਨ ਤੁਹਾਡੇ ਨਾਲ, ਕਿਉਂਕਿ ਭਾਈ ਸਾਹਿਬ ਜੀ ਨੇ ਕਿਹਾ ਸੀ ਵੀ 40 ਮਿੰਟ ਤੁਸੀਂ ਪੰਗਤੀਆਂ ਸ਼ਬਦ ਦੀਆਂ ਸਰਵਣ ਕੀਤੀਆਂ ਨੇ। ਉਹ ਸ਼ਬਦ ਹੈ ਰਾਗ ਆਸਾ ਬਾਣੀ ਭਗਤ ਨਾਮਦੇਵ ਜੀ ਕੀ। ਰਹਾਉ ਦਾ ਬੰਧ ਹੈ ਕਹਾਂ ਕਰੂੰ ਜਾਤੀ ਕਹਿ ਕਰੂੰ ਪਾਤੀ, ਰਾਮ ਕੋ ਨਾਮ ਜਪੂੰ ਦਿਨ ਰਾਤੀ। ਇਹ ਦੋ ਸ਼ਬਦ ਆਪਾਂ ਇਕੱਠੇ ਵਰਤਦੇ ਹਾਂ, ਜਾਤ ਅਤੇ ਪਾਤ। ਜਾਤ ਪਾਤ, ਪਾਤ ਦਾ ਮਤਲਬ ਕੀ ਹੁੰਦਾ? ਅਸਲ ਦੇ ਵਿੱਚ ਸਮਾਜ ਨੂੰ ਵੰਡਣ ਵਾਲੇ ਨੇ, ਪਹਿਲਾਂ ਉਹਨੇ ਵੱਡੇ ਚਾਰ ਖਾਨੇ ਮਾਰੇ,
ਚਾਰ ਹਿੱਸੇ ਕਰਤੇ, ਚਾਰ ਹਿੱਸੇ ਕਰਕੇ ਅਤੇ ਇੱਕ ਇੱਕ ਹਿੱਸੇ ਵਿੱਚ ਫਿਰ ਉਹਨੇ ਛੋਟੇ ਛੋਟੇ ਹੋਰ ਖਾਨੇ ਮਾਰੇ। ਪਹਿਲਾਂ ਤਾਂ ਚਾਰ ਵਰਨ ਬਣਾ ਦਿੱਤੇ, ਇਹ ਖੱਤਰੀ ਨੇ, ਬ੍ਰਾਹਮਣ ਨੇ, ਸ਼ੂਦਰ ਨੇ, ਵੈਸ਼ ਨੇ। ਉਹਨਾਂ 'ਚ ਹੋਰ ਡੱਬੀਆਂ ਬਣਾਈਆਂ ਜਾਤਾਂ, ਉਹਨਾਂ ਜਾਤਾਂ ਦੀ ਇੱਕ ਇੱਕ ਡੱਬੀ ਦੇ ਵਿੱਚ ਉਹਨੇ ਫਿਰ ਹੋਰ ਬਰੀਕ ਡੱਬੀਆਂ ਮਾਰੀਆਂ, ਕਿਉਂਕਿ ਉਹਨੂੰ ਡਰ ਸੀ ਵੀ ਇੱਕ ਜਾਤ ਦੇ ਬੰਦੇ ਵੀ ਕਿਤੇ ਇਕੱਠੇ ਹੋ ਗਏ, ਮੇਰੇ 'ਤੇ ਨਾ ਚੜ੍ਹਾਈ ਕਰ ਦੇਣ, ਇਹਨਾਂ ਨੂੰ ਵੀ ਵੰਡੀਏ। ਜਾਤਾਂ ਦੇ ਵਿੱਚ ਉਹਨੇ ਫਿਰ ਜਿਹੜਾ ਅਸੀਂ ਗੋਤ ਨਾਲ ਲਾਉਂਦੇ ਹਾਂ, ਸਿੱਖ ਨਹੀਂ ਆਪਣਾ ਗੋਤ ਨਾਲ ਲਾਉਂਦਾ, ਕਿਉਂਕਿ ਜਦੋਂ ਅਸੀਂ ਆਪਣੇ ਨਾਮ ਨਾਲ ਸਿੰਘ ਸ਼ਬਦ ਵਰਤ ਲਿਆ ਤਾਂ ਗੱਲ ਮੁੱਕ ਗਈ, ਅਸੀਂ ਸਿੰਘ ਹਾਂ, ਉਦੋਂ ਅੱਗੇ ਅਸੀਂ ਕੁਝ ਵੀ ਨਹੀਂ ਹਾਂ। ਗੁਰੂ ਦਾ ਬਖਸ਼ਿਆ ਹੋਇਆ ਸ਼ਬਦ ਜਦੋਂ ਨਾਮ ਆ ਗਿਆ ਤਾਂ ਉਦੋਂ ਅੱਗੇ ਕੁਝ ਵੀ ਨਹੀਂ, ਪਰ ਅਸੀਂ ਆਪਣਾ ਗੋਤ ਲਾਉਂਦੇ ਹਾਂ। ਗ੍ਰੰਥੀ ਸਿੰਘ ਨੂੰ ਕਹਿੰਦੇ ਹਾਂ ਵੀ ਤਨਖਾਹ ਤੇਰੀ ਐਵੇਂ ਥੋੜ੍ਹੋ ਵਧਾਈ ਹੈ, ਜਿਹੜੀ ਗੱਲ ਕਹਿੰਦੇ ਹਾਂ ਉਸ 'ਤੇ ਸਾਨੂੰ ਮੰਨਣੀ ਪੈਣੀ ਹੈ ਤੈਨੂੰ। ਗੋਤ ਨਾਲ ਬੋਲ, ਇਹਨੂੰ ਪਾਤ ਕਹਿੰਦੇ ਨੇ, ਇਹ ਜਿਹੜੇ ਗੋਤਰ ਨੇ ਨਾ ਲਾਏ, ਪਾਤਾਂ ਨੇ, ਪਾਤ। ਭਗਤ ਨਾਮਦੇਵ ਜੀ ਕਹਿੰਦੇ, ਬ੍ਰਾਹਮਣ ਜੀ ਆਹ ਤੁਹਾਡੀ ਜਾਤਾਂ ਅਤੇ ਪਾਤਾਂ ਤੋਂ ਅਸੀਂ ਕੀ ਲੈਣਾ, ਮੈਂ ਇਹਨਾਂ ਤੋਂ ਉੱਪਰ ਹਾਂ। ਇਹ ਸਭ ਚੀਜ਼ਾਂ ਥੱਲੇ ਰਹਿ ਗਈਆਂ, ਜਾਤ ਪਾਤ, ਕਹਾਂ ਕਰੂੰ ਜਾਤੀ, ਕਹਿ ਕਰੂੰ ਪਾਤੀ, ਰਾਮ ਕੋ ਨਾਮ ਜਪੂੰ ਦਿਨ ਰਾਤੀ। ਅਸੀਂ ਰਾਮ ਦਾ ਨਾਮ ਜਪਦੇ ਹਾਂ, ਬਾਬਾ ਨਾਨਕ ਦਾ ਰਾਮ ਕਿਹੜਾ ਜੀ, ਰਮਿਆ ਹੋਇਆ ਕਣ ਕਣ ਦੇ ਅੰਦਰ, ਅਤੇ ਗਲਵੱਕੜੀ ਪਈ ਨਾਮਦੇਵ ਦੇ ਨਾਲ, ਕਿਉਂਕਿ ਉਹਦਾ ਰੱਬ ਵੀ ਉਹੋ ਹੀ ਹੈ। ਗੁਰੂ ਨਾਨਕ ਦੀ ਉਹਦੇ ਨਾਲ ਹੀ ਬਣ ਸਕਦੀ ਹੈ ਜਿਹੜਾ ਗੁਰੂ ਨਾਨਕ ਦੀ ਸੋਚ ਦਾ ਧਾਰਨੀ ਹੈ। ਭਗਤ ਰਵਿਦਾਸ ਅਤੇ ਗੁਰੂ ਨਾਨਕ ਦੀ ਕਿਉਂ ਬਣ ਗਈ, ਕਿਉਂਕਿ ਦੋਵਾਂ ਦੀ ਇੱਕੋ ਹੀ ਸੋਚ ਹੈ, ਦੋਵਾਂ ਦੇ ਸਿਰ 'ਤੇ ਦਸਤਾਰ ਹੈ, ਤਾਂ ਹੀ ਸੋਚ ਰਲੀ ਜੀ। ਜੇ ਇੱਕ ਇੱਕ ਕੇਸਾਂ ਦੀ ਬਦਵੀ ਕਰਨ ਵਾਲਾ ਹੁੰਦਾ ਤਾਂ ਮਹਾਰਾਜ ਆਪ ਕੇਸਾਂ ਨੂੰ ਢਾਕ ਕੇ ਰੱਖਦੇ ਨੇ ਤਾਂ ਕਿਵੇਂ ਬਣ ਆਉਂਦੀ। ਪਰ ਤੁਸੀਂ ਭਗਤ ਰਵਿਦਾਸ ਜੀ ਦੀ ਦਸਤਾਰ ਵਾਲੀ ਤਸਵੀਰ ਕਿਤੇ ਪੋਸਟਰ 'ਤੇ ਲਾ ਕੇ ਵੇਖੋ, ਤੁਹਾਨੂੰ ਫੋਨ ਆਊਗਾ, ਅਸੀਂ ਫਲਾਣੀ ਸੰਸਥਾ ਵਾਲੇ ਬੋਲਦੇ ਹਾਂ ਜੀ, ਇਹ ਕੀ ਕਰ ਦਿੱਤਾ। ਕਿਉਂਕਿ ਅਗਲਿਆਂ ਨੂੰ ਚਿੰਤਾ ਹੈ ਵੀ ਇਹ ਕਿਤੇ ਸਾਬਤ ਕਰ ਗਏ ਵੀ ਬਾਬਾ ਨਾਨਕ ਅਤੇ ਰਵਿਦਾਸ ਜੀ ਇੱਕੋ ਹੀ ਚੀਜ਼ ਨੇ, ਸਾਡੇ ਲਈ ਬਿਪਤਾ ਬਣ ਜਾਣੀ। ਇਸ ਲਈ ਉਹ ਦਿਮਾਗ ਲਾਉਂਦੇ ਵੀ ਕੋਈ ਨਾ ਕੋਈ ਇੱਦਾਂ ਦਾ ਚੰਗਿਆੜਾ ਸੁੱਟੋ। ਇਹ ਤਾਂ ਵਿਚਾਰ ਹੋਣੀ ਹੀ ਨਹੀਂ ਚਾਹੀਦੀ। ਭਗਤ ਰਵਿਦਾਸ ਜੀ ਵਿਚਾਰ ਕੀ ਦੇ ਰਹੇ ਨੇ, ਬਸ ਇੱਕ ਸਵਾਲ ਘੁਮਾ ਦਿਓ, ਭਗਤ ਕਹਿਣਾ ਹੈ ਕਿ ਗੁਰੂ ਕਹਿਣਾ। ਹੁਣ ਅਸੀਂ ਸਹਿਜ ਪਾਠ ਕੀਤਾ ਕੋਈ ਨਹੀਂ, ਕੀਤਾ ਹੁੰਦਾ ਤਾਂ ਪਤਾ ਲੱਗ ਜਾਣਾ ਸੀ ਵੀ ਪਾਤਸ਼ਾਹੀ ਦਿੱਤੀ ਕਿਹਨੂੰ ਹੈ। ਪਾਤਸ਼ਾਹੀ ਭਗਤ ਜਨਾ ਕਹੋ ਦਿੱਤੀ ਹੈ ਨਾ, ਪਾਤਸ਼ਾਹੀ ਭਗਤਾਂ ਨੂੰ ਦਿੱਤੀ ਹੈ, ਪਰਮੇਸ਼ਰ ਨੇ ਦਿੱਤੀ ਹੈ। ਅਤੇ ਭਗਤ ਸ਼ਬਦ 'ਤੇ ਜੇ ਏਡਾ ਹੀ ਇਤਰਾਜ਼, ਇਹਦਾ ਮਤਲਬ ਗੁਰੂ ਅਰਜਨ ਪਾਤਸ਼ਾਹ ਦੀ ਨੀਅਤ 'ਤੇ ਇਤਰਾਜ਼ ਹੈ, ਇਹਦਾ ਮਤਲਬ ਗੁਰੂ ਸਾਹਿਬ ਦੀ ਨੀਅਤ ਵਿੱਚ ਕੋਈ ਖੋਟ ਹੈ। ਜਿਹੜਾ ਇਹ ਘੱਟ ਪਾਵਰ ਵਾਲਾ ਸ਼ਬਦ ਵਰਤ ਦਿੱਤਾ, ਸਾਧ ਸੰਗਤ ਬਾਣੀ ਪੜ੍ਹਨ ਵਾਲਿਆਂ ਨੂੰ ਪਤਾ ਹੈ ਕਿ ਬਾਣੀ ਵਿੱਚ ਗੁਰੂ ਵਾਸਤੇ ਵੀ ਭਗਤ ਸ਼ਬਦ ਆਇਆ। ਤੁਸੀਂ ਬਾਣੀ ਪੜ੍ਹੋ, ਗੁਰ ਅਰਜਨ ਘਰ ਗੁਰ ਰਾਮਦਾਸ ਭਗਤ ਉਤਰ ਆਇਓ, ਗੁਰੂ ਰਾਮਦਾਸ ਪਾਤਸ਼ਾਹ ਦੇ ਘਰ 'ਚ ਗੁਰੂ ਅਰਜਨ ਭਗਤ ਆ ਗਏ। ਜੇ ਗੁਰੂ ਵਾਸਤੇ ਭਗਤ ਸ਼ਬਦ ਆਇਆ, ਪਾਤਸ਼ਾਹੀ ਭਗਤ ਜਨਾ ਕੋ ਦਿੱਤੀਆਂ ਫਰਮਾਇਆ, ਅਤੇ ਭਗਤ ਸ਼ਬਦ ਕਿੱਦਾਂ ਮਾੜਾ ਹੋ ਗਿਆ। ਪਰ ਉਹ ਕਹਿੰਦੇ ਜੀ ਵਿਚਾਰ ਤੱਕ ਨਾ ਪਹੁੰਚ ਜਾਏ ਇਹ ਕੌਮ,
ਇਹਨਾਂ 'ਚ ਸਵਾਲ ਸੁੱਟੇ ਜਾਣ। ਤੁਸੀਂ ਵੇਖੋ ਤਾਂ ਸਹੀ ਸਾਡੀ ਕੌਮ ਵਿੱਚ ਉਲਝਣ ਵਾਲੇ ਸਵਾਲਾਂ ਦਾ ਮਿਆਰ ਕੀ ਹੈ? ਮਾਤਾ ਭਾਗੋ ਕਹਿਣਾ ਕਿ ਭਾਗ ਕੌਰ ਕਹਿਣਾ? ਜਿਹੜੀ ਉਸ ਮਾਂ ਨੇ ਤਕਰੀਰ ਕੀਤੀ ਕਿ ਆਓ ਗੁਰੂ ਨੂੰ ਮਿਲਣ ਦਾ ਸਮਾਂ ਨਹੀਂ, ਗੁਰੂ ਜਾਣੀ ਜਾਣ ਹੈ, ਆਓ ਰਾਹ ਦੇ ਵਿੱਚ ਹੀ ਲਾਈਏ ਨਾਕਾ ਅਤੇ ਸ਼ਹੀਦੀਆਂ ਪਾਈਏ, ਉਸ ਭਾਵਨਾ ਨੂੰ ਤਾਂ ਸਮਝਣ ਦਾ ਯਤਨ ਨਹੀਂ ਕੀਤਾ, ਪਹਿਲਾਂ ਹੀ ਇੱਕ ਸਵਾਲ ਲਿਆ ਕੇ ਸੁੱਟ ਦਿੱਤਾ। ਸਤ ਸੰਗਤ ਕਦੇ ਸ਼ਬਦਾਂ ਦੇ ਜਾਲ ਵਿੱਚ ਨਾ ਫਸਿਓ। ਮੇਰੀ ਕੌਮ ਨੂੰ ਸ਼ਬਦਾਂ ਦੇ ਜਾਲ ਵਿੱਚ ਉਲਝਾ ਦਿੱਤਾ ਜਾਂਦਾ, ਸ਼ਬਦਾਂ ਦੇ ਜਾਲ ਵਿੱਚ ਨਾ ਉਲਝਿਓ, ਆਓ ਤੱਤ ਤੱਕ ਪਹੁੰਚੀਏ। ਤੱਤ ਕੀ ਹੈ? ਇੱਕਾ ਬਾਣੀ ਇੱਕ ਗੁਰ ਇੱਕਾ ਸ਼ਬਦ ਵਿਚਾਰ। ਤੱਤ ਹੈ ਅਸੀਂ ਅਕਾਲ ਦੇ ਪੁਜਾਰੀ ਹਾਂ, ਅਸੀਂ ਮੂਰਤੀਆਂ ਦੇ ਪੁਜਾਰੀ ਨਹੀਂ, ਅਸੀਂ ਅਕਾਲ ਦੇ ਪੁਜਾਰੀ ਹਾਂ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਲੱਗੇ ਸਿੱਖ ਨੂੰ ਕਿਸੇ ਹੋਰ ਦੇ ਦਰਸ਼ਨਾਂ ਦੀ ਆਸ ਹੀ ਨਹੀਂ, ਲੋੜ ਹੀ ਨਹੀਂ। ਉਹ ਕਹਿੰਦਾ ਮਹਾਰਾਜ ਤੁਹਾਡੇ ਨਾਲ ਗੱਲਾਂ ਕਰ ਲਈਆਂ, ਇਦੋਂ ਅੱਗੇ ਕੀ ਚਾਹੀਦਾ? ਇੰਨਾ ਭਰੋਸਾ ਹੋਵੇ ਸਿੱਖ ਨੂੰ, ਇੰਨਾ ਚਾਹ ਅਤੇ ਉਤਸ਼ਾਹ ਹੋਵੇ ਵੀ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹ ਲਈ ਉਹ ਰੱਬ ਨਾਲ ਗੱਲਾਂ ਕਰ ਲਈਆਂ, ਅਜੇ ਮੈਨੂੰ ਹੋਰ ਕੋਈ ਚਾਹੀਦਾ, ਅਜੇ ਹੋਰ ਕੋਈ ਚਮਕਾਰੇ ਚਾਹੀਦੇ ਨੇ। ਇੰਨਾ ਭਰੋਸਾ ਸਿੱਖ ਨੂੰ ਹੋਵੇ ਤੇ ਤਾਂ ਗੁਰੂ ਗੋਬਿੰਦ ਸਿੰਘ ਦਾ ਸਿੱਖ ਬਣਦਾ। ਸਾਧ ਸੰਗਤ ਹੁਣ ਕੀ ਬਾਣੀ ਕੀ ਕਹਿ ਰਹੀ ਹੈ? ਮਨ ਮੇਰੋ ਗਜ ਜਿਹਬਾ ਮੇਰੀ ਕਾਤੀ। ਗਜ ਤੁਸੀਂ ਵੇਖਿਆ ਹੋਣਾ ਕੱਪੜੇ ਵਾਲੀ ਦੁਕਾਨ 'ਤੇ ਬੀਬੀਆਂ ਕਹਿੰਦੀਆਂ ਇੰਨੇ ਮੀਟਰ ਕਰਦੇ ਅਤੇ ਉਹ ਫਿਰ ਗਜ ਚੱਕਦਾ, ਉਹਨੂੰ ਗਜ ਕਹਿੰਦੇ ਨੇ। ਮਨ ਨੂੰ ਗਜ ਆਖਿਆ, ਗਜ ਕਿਉਂ ਕਿਹਾ? ਗਜ ਦੀ ਇੱਕ ਸਿਫਤ ਹੈ, ਗਜ ਵਿੱਚ ਬਿੰਗ ਨਹੀਂ ਹੁੰਦਾ। ਜੇ ਗਜ ਹੀ ਬਿੰਗਾ ਹੋ ਗਿਆ ਤਾਂ ਫਿਰ ਤਾਂ ਮਿਣਤ ਹੀ ਖਰਾਬ ਹੋ ਗਈ। ਦੂਜੀ ਗੱਲ, ਗਜ ਬਿਲਕੁਲ ਸਾਫ਼ ਹੁੰਦਾ ਅਤੇ ਗਜ ਸਿੱਧਾ ਹੁੰਦਾ। ਭਗਤ ਨਾਮਦੇਵ ਜੀ ਕਹਿੰਦੇ ਮਨ ਨੂੰ ਬਣਾ ਗਜ, ਇਹਦੇ ਚਿੱਬ ਕੱਢ ਪਹਿਲਾਂ, ਜਿਹੜੇ ਬਿੰਗ ਬਲ ਨੇ ਨਾ, ਵੀ ਗੁਰੂ ਕੋਲ ਆ ਕੇ ਵੀ ਅਰਦਾਸ ਕਰਕੇ ਝੂਠੀ ਅਰਦਾਸ ਕਰਦਾ ਕਰਾ ਲੈਂਦਾ ਏ, ਆਨੰਦ ਕਾਰਜ ਗੁਰਮਤ ਅਨੁਸਾਰ ਹੋਇਆ। ਅਤੇ ਜਿਹੜਾ 100 ਬੱਕਰਾ ਉੱਥੇ ਲਮਕਾਇਆ ਕਸਾਈਆਂ ਦੇ, ਉਹ ਗੁਰਮਤ ਅਨੁਸਾਰ ਹੋਇਆ। ਹਰ ਮਨਮਤ ਕੀਤੀ ਅਤੇ ਗੁਰਦੁਆਰੇ ਆ ਕੇ ਅਰਦਾਸ ਕੀਤੀ, ਆਨੰਦ ਕਾਰਜ ਗੁਰਮਤ ਅਨੁਸਾਰ ਹੋਇਆ। ਗੁਰੂ ਨਹੀਂ ਜਾਣਦਾ ਤੂੰ ਕਿੰਨੀਆਂ ਪੇਟੀਆਂ ਸ਼ਰਾਬ ਦੀਆਂ ਲੈ ਕੇ ਆਇਆ। ਸਤ ਸੰਗਤ ਗੁਰੂ ਕੋਲ ਆ ਕੇ ਘੱਟੋ ਘੱਟ ਸੱਚ ਜ਼ਰੂਰ ਬੋਲ ਦੇਈਏ, ਮਹਾਰਾਜ ਵੱਡਾ ਅਪਰਾਧੀ ਹਾਂ, ਮਹਾਰਾਜ ਜੇ ਇਨਸਾਫ਼ ਕਰੇਂ ਤਾਂ ਪਾਣੀ ਦੀ ਘੁੱਟ ਦਾ ਵੀ ਹੱਕਦਾਰ ਨਹੀਂ, ਤੂੰ ਫਿਰ ਰੋਟੀ ਦੇ ਜਾਣਾ, ਇਹ ਤੇਰੀ ਦਇਆ ਹੈ। ਮਨ ਨੂੰ ਗਜ ਬਣਾ, ਗਜ ਹੁੰਦਾ ਮੈਂ ਸਿੱਧਾ ਕਰ ਇਸ ਮਨ ਨੂੰ। ਮਨ ਮੇਰੋ ਗਜ ਜਿਹਬਾ ਮੇਰੀ ਕਾਤੀ। ਜ਼ਬਾਨ ਕੈਂਚੀ, ਕਿਹੜੀ ਜ਼ਬਾਨ ਕੈਂਚੀ ਹੈ? ਜਿਹੜੀ ਜ਼ਬਾਨ ਸੱਚ ਬੋਲਦੀ ਹੈ ਉਹ ਕੈਂਚੀ ਹੈ ਜ਼ਬਾਨ, ਅਤੇ ਜਿਹੜੀ ਜ਼ਬਾਨ ਝੂਠ ਬੋਲਦੀ ਹੈ ਉਹ ਜਮ ਨੂੰ ਕੱਟਣ ਵਾਲੀ ਕੈਂਚੀ ਨਹੀਂ ਹੋ ਸਕਦੀ, ਉਹ ਸਮਾਜ ਦੇ ਸੋਹਣੇ ਮਾਹੌਲ ਨੂੰ ਚੀਰ ਫਾੜ ਕਰ ਸਕਦੀ ਹੈ। ਪਰ ਭਗਤ ਜੀ ਕਹਿੰਦੇ ਕਿਤੇ ਮਨ ਨੂੰ ਗਜ ਵਾਂਗੂ ਸਿੱਧਾ ਅਤੇ ਸਾਫ਼ ਕਰ ਲਏ, ਜ਼ਬਾਨ ਤੇਰੀ ਕੂੜ ਨਾ ਬੋਲੇ ਸੱਚ ਬੋਲੇ, ਅਤੇ ਫਿਰ ਇਹ ਜ਼ਬਾਨ ਹੀ ਉਹ ਕੈਂਚੀ ਬਣ ਜਾਏਗੀ ਜਿਸ ਦੇ ਨਾਲ ਮੱਪ ਮੱਪ ਕਾਟੂੰ ਜਮ ਕੀ ਫਾਸੀ, ਜਿਹਦੇ ਨਾਲ ਵਾਹਿਗੁਰੂ 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 ਕਰਦਿਆਂ ਜਮਾਂ ਦੀ ਫਾਈ ਭਗਤ ਜੀ ਕਹਿੰਦੇ ਅਸੀਂ ਕੱਟ ਦਿੱਤੀ। ਰੰਗ ਨ ਰੰਗੂ ਸੀਵਨ ਸੀਵੂ,
ਰਾਮ ਨਾਮ ਬਿਨ ਘਰੀ ਨਾ ਜੀਵੋ ਕਹਿੰਦੇ ਆ ਸਰੀਰ ਦੇ ਮੱਟ ਵਿੱਚ ਮਨ ਦਾ ਕੱਪੜਾ ਅਸੀਂ ਰੰਗਿਆ, ਮਨ ਰੂਪੀ ਕੱਪੜਾ ਰੰਗਿਆ, ਹਰੀ ਦੇ ਰੰਗ ਵਿੱਚ ਰੰਗਿਆ ਅਤੇ ਸੂਰਮੇ ਬਣ ਗਏ। ਸੂਰਮਾ ਕੌਣ ਹੈ ਜੀ? ਜਾਂ ਕੁਹਾਰ ਰੰਗ ਲਾਗੋ ਇਸ ਯੁਗ ਮੈਂ, ਸੋ ਕਈਅਤ ਹੈ ਸੂਰਾ। ਕਈ ਵਾਰ ਨਾ ਭੈਣਾਂ ਕੱਪੜਾ ਲੈਣ ਜਾਂਦੀਆਂ ਦੁਕਾਨ 'ਤੇ, ਅਤੇ ਉਹ ਕੱਪੜਾ ਵਿਖਾਉਂਦਾ, ਕੱਪੜੇ ਦੀ ਸਿਫਤ ਦੱਸਦਾ ਵੀ ਇਹ ਕੱਪੜਾ ਬੜਾ ਮਜ਼ਬੂਤ ਹੈ, ਇਹ 'ਤੇ ਬੁਰ ਨਹੀਂ ਆਉਂਦੀ, ਕੱਪੜਾ ਬੋਡਾ ਨਹੀਂ ਹੋਏਗਾ, ਇਹ ਕੱਪੜੇ 'ਚ ਗਰਮੀ ਨਹੀਂ ਲੱਗੇਗੀ, ਇੰਨੀਆਂ ਸਿਫਤਾਂ ਦੱਸੀਆਂ। ਅਤੇ ਭੈਣ ਨੇ ਕਿਹਾ ਵੀ ਨਹੀਂ, ਇਹ ਮੈਂ ਨਹੀਂ ਲੈਣਾ। ਉਹ ਕਹਿੰਦਾ ਇੰਨੀਆਂ ਸਿਫਤਾਂ 'ਤੇ ਹੋਰ ਸਾਰੀ ਦੁਕਾਨ 'ਚ ਕੋਈ ਕੱਪੜਾ ਨਹੀਂ? ਉਹ ਕਹਿੰਦੀ ਨਹੀਂ, ਸਿਫਤਾਂ 'ਤੇ ਹੋਣਗੀਆਂ ਪਰ ਮੈਨੂੰ ਰੰਗ ਪਸੰਦ ਨਹੀਂ। ਕਿੱਥੇ ਗਰਾਰੀ ਅੜ ਗਈ ਜੀ? ਰੰਗ 'ਤੇ ਅੜ ਗਈ ਵੀ ਰੰਗ ਪਸੰਦ ਨਹੀਂ। ਹੁਣ ਬੰਦਾ ਆਪਣੀਆਂ ਸਿਫਤਾਂ ਦੱਸਦਾ, ਮਹਾਰਾਜ ਦਾਨ ਵੀ ਕਰੀਦਾ, ਸਾਲ 'ਚ ਇੱਕ ਖੰਡ ਪਾਠ ਸਾਹਿਬ ਵੀ ਕਰਾਈਦਾ, ਅਤੇ ਗੁਰੂ ਸਾਹਿਬ ਕਹਿੰਦੇ ਪਹਿਲਾਂ ਇਹ ਦੱਸ ਰੰਗ ਕਿਹੜਾ ਚੜ੍ਹਿਆ ਤੈਨੂੰ? ਇਹ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲੱਭ ਰੰਗਾਏ। ਰੰਗ 'ਤੇ ਚਸਕਿਆਂ ਦਾ ਚੜ੍ਹਿਆ, ਪਤਾ ਨਹੀਂ ਕਿਹੜਾ ਕਿਹੜਾ ਜ਼ਬਾਨ ਦਾ ਚਸਕਾ, ਇੰਦਰੀਆਂ ਦਾ ਚਸਕਾ, ਜਿਹਨੇ ਤੈਨੂੰ ਅੱਜ ਤੱਕ ਅੰਮ੍ਰਿਤ ਧਾਰੀ ਨਹੀਂ ਬਣਨ ਦਿੱਤਾ, ਅਤੇ ਕੀ ਕਰਾਂ ਤੇਰੇ ਮੈਂ ਬਾਕੀ ਦੀਆਂ ਚੀਜ਼ਾਂ ਨੂੰ, ਕੀ ਕਰਾਂ ਤੇਰੇ ਦਾਨ ਨੂੰ, ਕੀ ਕਰਾਂ ਤੇਰੀ ਲੀਡਰੀ ਨੂੰ, ਕੀ ਕਰਾਂ ਤੇਰੀ ਚੌਧਰ ਨੂੰ? ਜਦੋਂ ਰੰਗ ਹੀ ਮਾਇਆ ਦਾ ਚੜ੍ਹਿਆ, ਪਾ ਹੀ ਮਾਇਆ ਦੀ ਲੱਗੀ ਹੈ, ਇਹ ਤਨ ਮਾਇਆ ਪਾਇਆ ਪਿਆਰੇ, ਪਾ ਦਿੱਤੀ ਜਾਂਦੀ ਹੈ ਕੱਪੜੇ ਨੂੰ ਰੰਗਣ ਤੋਂ ਪਹਿਲਾਂ, ਉਹ ਫਟਕੜੀ ਵਗੈਰਾ ਪਾ ਕੇ ਨਾ ਉਹਨੂੰ ਪਾ ਦਿੰਦਾ। ਮਹਾਰਾਜ ਕਹਿੰਦੇ ਪਾ ਮਾਇਆ ਦੀ ਚੜ੍ਹੀ ਹੈ, ਚਸਕਿਆਂ ਦੇ ਵਿੱਚ ਜੀਵਨ ਰੰਗਿਆ ਹੋਇਆ, ਅਤੇ ਸੱਚ ਜਾਣੀ ਮੇਰੇ ਕੰਤ ਨਾ ਭਾਵੈ ਚੋਲੜਾ ਜੀਵ। ਇਹ ਫਿਰ ਚੋਲਾ, ਇਹ ਮਨ ਰੂਪੀ ਚੋਲਾ ਉਹਨੂੰ ਚੰਗਾ ਨਹੀਂ ਲੱਗਦਾ, ਕਿਉਂ ਧਨ ਸੇਜਿਆ ਜਾਏ? ਪਾਤਸ਼ਾਹ ਕਹਿੰਦੇ ਪਹਿਲਾਂ ਰੰਗ ਚੜ੍ਹਿਆ ਚਾਹੀਦਾ ਮੈਨੂੰ, ਨਾਮ ਰੰਗ ਚਾਹੀਦਾ, ਪ੍ਰੇਮ ਰੰਗ ਚਾਹੀਦਾ, ਪ੍ਰੇਮ ਤੋਂ ਬਗੈਰ ਤੇਰੇ ਕੀਤੇ ਕਰਮ ਧਰਮ ਉਹ ਕਿਸੇ ਅਰਥ ਨਹੀਂ ਆਉਣਗੇ। ਮਨ ਵਿੱਚ ਪ੍ਰੇਮ ਪੈਦਾ ਕਰ, ਚਸਕਿਆਂ ਦੀ ਦੁਨੀਆ 'ਚੋਂ ਬਾਹਰ ਆ। ਭਗਤ ਜੀ ਕਹਿੰਦੇ ਅਸੀਂ ਰੰਗ ਲਿਆ, ਰੰਗਨ ਰੰਗੂ ਸੇਵਨ ਸੇਵੋ, ਰਾਮ ਨਾਮ ਬਿਨ ਘਰੀ ਨਾ ਜੀਵੋ। ਅਤੇ ਫਿਰ ਉਹਨਾਂ ਕਿਰਪਾ ਕੀਤੀ, ਭਗਤ ਕਰੂੰ ਹਰ ਕੇ ਗੁਣ ਗਾਵੂੰ, ਆਠ ਪਹਿਰ ਆਪਣਾ ਖਸਮ ਧਿਆਵੂੰ। ਅੱਠੇ ਪੈਰ ਆਪਣਾ ਖਸਮ ਧਿਆਇਆ, ਖਸਮ ਦਾ ਅਰਥ ਹੁੰਦਾ ਮਾਲਕ, ਜਿਸ ਨੂੰ ਆਪਣਾ ਮਾਲਕ ਕਹਿ ਦਈਏ ਅਸੀਂ ਆਪ ਉਸ ਦੀ ਮਲਕੀਅਤ ਬਣ ਜਾਂਦੇ ਹਾਂ। ਉਹ ਮਾਲਕ ਮੇਰਾ, ਇਹਦਾ ਮਤਲਬ ਮੈਂ ਕੀ ਹਾਂ? ਮੈਂ ਉਹਦੀ ਮਲਕੀਅਤ ਹਾਂ। ਜਿਸ ਘਰ ਦਾ ਮੈਂ ਖਸਮ ਹਾਂ, ਮਾਲਕ ਹਾਂ, ਉਹ ਘਰ ਮੇਰੀ ਮਲਕੀਅਤ ਹੈ, ਮੈਂ ਉਸ ਨੂੰ ਜਿਵੇਂ ਮਰਜ਼ੀ ਵਰਤਾਂ, ਅਤੇ ਮੇਰੀ ਮਰਜ਼ੀ ਮੈਂ ਹਰਾ ਰੰਗ ਕਰਾਵਾਂ, ਪੀਲਾ ਰੰਗ ਕਰਾਵਾਂ, ਨੀਲਾ ਕਰਾਵਾਂ, ਕਿਸੇ ਨੂੰ ਕੀ ਇਤਰਾਜ਼ ਹੈ? ਵੀ ਮਲਕੀਅਤ ਮੇਰੀ, ਮਾਲਕ ਉਹਦਾ ਮੈਂ। ਹੁਣ ਜਦੋਂ ਅਸੀਂ ਕਹਿੰਦੇ ਹਾਂ ਵੀ ਸਤਿਗੁਰੂ ਤੂੰ ਮੇਰਾ ਮਾਲਕ ਹੈ, ਇਹਦਾ ਮਤਲਬ ਮੈਂ ਉਹਦੀ ਮਲਕੀਅਤ ਹਾਂ, ਅਤੇ ਮਲਕੀਅਤ ਦੇ ਉੱਤੇ ਮਾਲਕ ਦਾ ਕਬਜ਼ਾ ਹੁੰਦਾ। ਮਾਲਕ ਕਹਿੰਦਾ ਕਿ ਹੱਥਾਂ ਨਾਲ ਮਾੜਾ ਕੰਮ ਨਹੀਂ ਹੋਣਾ ਚਾਹੀਦਾ, ਜਾਂ ਤਾਂ ਮੈਂ ਉਹਨੂੰ ਮਾਲਕ ਕਹਿਣਾ ਛੱਡ ਦਿਆਂ, ਅਤੇ ਜਾਂ ਫਿਰ ਮੇਰੇ ਹੱਥ ਉਹਦੇ ਮੁਤਾਬਕ ਕੰਮ ਕਰਨਗੇ, ਜਾਂ ਤਾਂ ਮੈਂ ਗੁਰੂ ਨੂੰ ਗੁਰੂ ਕਹਿਣਾ ਛੱਡ ਦਿਆਂ। ਜੇ ਮੈਂ ਉਹਨੂੰ ਗੁਰੂ ਕਹਿ ਰਿਹਾ ਵੀ ਤੂੰ ਮੇਰਾ ਗੁਰੂ ਹੈ,
ਅਤੇ ਇਹਦਾ ਮਤਲਬ ਮੈਂ ਆਪਣੀ ਮਰਜ਼ੀ ਅਨੁਸਾਰ ਅੱਖਾਂ ਨਾਲ ਵੇਖ ਨਹੀਂ ਸਕਦਾ। ਇਹ ਅੱਖਾਂ ਪਰਾਇਆ ਰੂਪ ਕਿਵੇਂ ਤੱਕਣਗੀਆਂ ਵਾਸ਼ਨਾ ਨਾਲ? ਫਿਰ ਅੱਖਾਂ ਮੇਰੀਆਂ ਹੋਣਗੀਆਂ ਅਤੇ ਵਿੱਚ ਬਹਿ ਕੇ ਤੱਕੇਗਾ ਗੁਰੂ, ਹੱਥ ਮੇਰੇ ਹੋਣਗੇ ਵਿੱਚ ਬਹਿ ਕੇ ਰਿਐਕਟ ਕਰੇਗਾ ਮੇਰਾ ਸਤਿਗੁਰੂ। ਹੱਥ ਸ਼ਰਾਬ ਦੇ ਪਿਆਲੇ ਨਹੀਂ ਫੜਨਗੇ, ਇਹ ਹੱਥ ਗੁਟਕਾ ਸਾਹਿਬ ਬਾਣੀ ਦੀ ਪੋਥੀ ਪ੍ਰਕਾਸ਼ ਕਰਨਗੇ। ਉਹ ਮਲਕੀਅਤ ਹਾਂ ਮੈਂ, ਉਹ ਮੇਰਾ ਮਾਲਕ ਹੈ। ਆਠ ਪਹਿਰ ਆਪਣਾ ਖਸਮ ਤਿਆਵੂੰ, ਭਗਤ ਕਰੂੰ ਹਰ ਕੇ ਗੁਣ ਗਾਵੂੰ। ਸੋਇਨੇ ਕੀ ਸੂਈ ਰੂਪੇ ਕਾ ਧਾਗਾ। ਭਗਤ ਨਾਮਦੇਵ ਜੀ ਨੇ ਆਪਣੀ ਕਿਰਤ ਵਿੱਚ ਉਦਾਹਰਨ ਦਿੱਤੀ ਹੈ। ਇਹ ਕੁਦਰਤੀ ਹੈ, ਬੰਦਾ ਜਿਵੇਂ ਦਾ ਕੰਮ ਕਰਦਾ ਹੋਵੇ ਨਾ ਉਹ ਕੰਮ 'ਚੋਂ ਉਦਾਹਰਨ ਦੇ ਹੀ ਦਿੰਦਾ। ਬਾਬੇ ਨਾਨਕ ਨੇ ਖੇਤੀ ਕੀਤੀ ਅਤੇ ਜਦੋਂ ਉਹਨਾਂ ਨੇ ਨਾਮ ਦੀ ਗੱਲ ਸਮਝਾਈ, ਉਹਨਾਂ ਖੇਤੀ 'ਚੋਂ ਉਦਾਹਰਨ ਦਿੱਤੀ। ਮਨ ਹਾਲੀ ਕਿਰਸਾਣੀ ਕਰਨੀ, ਸਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ। ਕਿਉਂਕਿ ਬਾਬੇ ਨਾਨਕ ਨੇ ਖੇਤੀ ਕੀਤੀ, ਉਦਾਹਰਨ ਖੇਤੀ 'ਚੋਂ ਦੇ ਤੀ। ਭਗਤ ਰਵਿਦਾਸ ਜੀ ਦੀ ਕਿਰਤ, ਉਹਨਾਂ ਨੇ ਜੁੱਤੀਆਂ ਗੰਢੀਆਂ ਨੇ ਅਤੇ ਉਹ ਉਹਦੇ 'ਚ ਉਦਾਹਰਨ ਦਿੰਦੇ ਨੇ। ਚਮਰਟਾ ਗਾਂਠ ਨਾ ਜਨਈ, ਲੋਕ ਗਠਾਵੈ ਪਨਹੀ, ਲੋਕ ਗੰਠ ਗੰਠ ਖਰਾ ਬਗੋਚਾ, ਹਉ ਬਿਨ ਗੰਠ ਹੈ ਜਾਏ ਪਹੁੰਚਾ। ਜਿਹੜੀ ਜਿਹੜੀ ਕਿਰਤ ਉਹ ਕਰਦੇ ਨੇ, ਉਹ ਕਿਰਤ ਦੇ ਵਿੱਚੋਂ ਕਰਤੇ ਨਾਲ ਜੋੜਨ ਵਾਸਤੇ ਸਾਨੂੰ ਪ੍ਰੇਰਣਾ ਦੇ ਦਿੰਦੇ ਨੇ। ਕਬੀਰ ਸਾਹਿਬ ਦੀ ਬਾਣੀ ਵਿੱਚ ਖੱਡੀ ਬੁਣਨ ਦਾ ਜ਼ਿਕਰ ਆਏਗਾ, ਕਿਉਂਕਿ ਉਹਨਾਂ ਦੀ ਕਿਰਤ ਖੱਡੀ ਬੁਣਨਾ ਸੀ। ਹੁਣ ਨਾਮਦੇਵ ਜੀ ਦੀ ਕਿਰਤ ਹੈ ਜਿਹੜੀ, ਉਹ ਕੱਪੜੇ ਰੰਗਣੇ, ਕੱਪੜੇ ਸਿਉਣੇ, ਉਹ ਆਪਣੀ ਕਿਰਤ ਵਿੱਚੋਂ ਉਦਾਹਰਨ ਦੇ ਦੇ। ਕਹਿੰਦੇ ਵੀ ਦਰਜੀ ਨੂੰ ਇੱਕ ਗਜ ਚਾਹੀਦਾ, ਇੱਕ ਕੈਂਚੀ ਚਾਹੀਦੀ, ਇੱਕ ਸੂਈ ਚਾਹੀਦੀ ਹੈ, ਇੱਕ ਧਾਗਾ ਚਾਹੀਦਾ। ਉਹ ਚਾਰੇ ਗੱਲਾਂ ਸ਼ਬਦ ਵਿੱਚ ਲੈ ਲਈਆਂ ਅਤੇ ਜਦੋਂ ਗਜ ਦੀ ਗੱਲ ਕੀਤੀ, ਕਹਿੰਦੇ ਮਨ ਗਜ ਵਰਗਾ ਸਿੱਧਾ ਕਰ, ਕੈਂਚੀ ਜ਼ਬਾਨ ਬਣ ਜਾਏ। ਹੁਣ ਕਿਹਾ ਸੋਇਨੇ ਕੀ ਸੂਈ। ਕੋਈ ਦਰਜੀ ਤੁਸੀਂ ਵੇਖਿਆ ਜਿਹਦੀ ਸੂਈ ਸੋਨੇ ਦੀ ਹੋਵੇ? ਮੈਂ ਤਾਂ ਵੇਖਿਆ ਨਹੀਂ ਵੀ ਦਰਜੀ ਕੋਲ ਸੂਈ ਸੋਨੇ ਦੀ ਹੈ। ਅਤੇ ਉਹ ਦਰਜੀ ਜਿਹਨੂੰ ਮੰਦਰ 'ਚੋਂ ਧੱਕੇ ਮਾਰ ਕੇ ਕੱਢ ਦਿੱਤਾ, ਉੱਚੀ ਜਾਤ ਵਾਲਾ, ਉਹ ਤਾਂ ਕਹਿੰਦਾ ਵੀ ਤੇਰੇ ਘਰ ਮਿੱਟੀ ਦਾ ਭਾਂਡਾ ਨਹੀਂ ਛੱਡਣਾ ਮੈਂ, ਅਤੇ ਉਹ ਸੋਨੇ ਦੀ ਸੂਈ ਲੈ ਆਵੇ। ਭਗਤ ਜੀ ਕਹਿੰਦੇ ਸੂਈ ਆ ਸੋਨੇ ਦੀ, ਅਤੇ ਧਾਗਾ ਵੀ ਉਹ ਆਮ ਨਹੀਂ, ਉਹ ਚਾਂਦੀ ਦਾ ਧਾਗਾ ਮੇਰੇ ਕੋਲ। ਇੰਨਾ ਕੀਮਤੀ ਸੂਈ ਅਤੇ ਧਾਗਾ ਇਸ ਦਰਜੀ ਦੇ ਕੋਲ ਆ ਗਿਆ, ਉਹ ਕਿਹੜਾ ਕਿਹੜੀ ਸੂਈ? ਸੋਨੇ ਕੀ ਸੂਈ ਦਾ ਅਰਥ ਹੈ ਬਹੁਤ ਕੀਮਤੀ ਸੂਈ। ਤੁਹਾਡੇ ਪਿੰਡ 'ਚ ਬੰਦਾ ਬਹੁਤ ਕੀਮਤੀ ਹੋਵੇ, ਬੰਦਾ ਗੁਣਵਾਨ ਹੋਵੇ, ਤੁਸੀਂ ਕਹਿੰਦੇ ਬੰਦਾ ਨਿਰਾ ਸੋਨਾ। ਸਾਡੀ ਜ਼ਬਾਨ 'ਤੇ ਸੋਨਾ ਸ਼ਬਦ ਹੀ ਆਉਂਦਾ, ਆਪਾਂ ਹੀਰਾ ਘੱਟ ਕਹਿੰਦੇ ਹਾਂ, ਨਿਰਾ ਸੋਨਾ ਜ਼ਿਆਦਾ ਕਹਿੰਦੇ ਹਾਂ। ਅਤੇ ਭਗਤ ਜੀ ਨੇ ਫਿਰ ਪ੍ਰਚਲਿਤ ਸ਼ਬਦ ਚੱਕਿਆ ਵੀ ਨਿਰਾ ਸੋਨਾ, ਸੋਨਾ ਸੋਨੇ ਕੀ ਸੂਈ, ਬਹੁਤ ਕੀਮਤੀ ਸੂਈ। ਉਹ ਕਿਹੜੀ ਸੂਈ ਹੈ ਜੀ? ਸ਼ਬਦ ਤੋਂ ਕੀਮਤੀ ਕੀ ਹੋ ਸਕਦਾ ਹੈ? ਗੁਰੂ ਦਾ ਸ਼ਬਦ ਉਹ ਕੀਮਤੀ ਸੂਈ ਹੈ ਜਿਹਦੇ ਵਿੱਚ ਰੂਪੇ ਕਾ ਧਾਗਾ, ਸੁਰਤ ਦਾ ਧਾਗਾ ਪਰੋਇਆ ਜਾਂਦਾ। ਸੁਰਤ ਨੂੰ ਸੋਨਾ ਤਾਂ ਨਹੀਂ ਕਿਹਾ ਕਿਉਂਕਿ ਸੁਰਤ ਧਾਗਾ ਸੂਈ ਦਾ ਮਥਾਜ ਹੈ। ਹੁਣ ਸੂਈ ਜਿਹੜੀ ਦਿਸ਼ਾ ਵਿੱਚ ਜਾਏਗੀ, ਧਾਗੇ ਦੀ ਮਜਬੂਰੀ ਹੈ, ਉਹਨੇ ਮਗਰ ਮਗਰ ਚੱਲਣਾ, ਇਸ ਲਈ ਸੂਈ ਦੀ ਕੀਮਤ ਜ਼ਿਆਦਾ। ਡਾਇਰੈਕਸ਼ਨ ਸੂਈ ਨਿਰਧਾਰਿਤ ਕਰਦੀ ਹੈ, ਤੁਰਨਾ ਕਿੱਧਰ ਨੂੰ।
ਡਾਇਰੈਕਸ਼ਨ ਗੁਰੂ ਦੇ ਸ਼ਬਦ ਨੇ ਨਿਰਧਾਰਿਤ ਕਰਨੀ ਹੈ, ਤੁਰਨਾ ਕਿੱਧਰ ਨੂੰ ਹੈ। ਇਸ ਲਈ ਸ਼ਬਦ ਸੋਨਾ ਅਤੇ ਸੁਰਤ ਇਹ ਧਾਗਾ, ਸ਼ਬਦ ਸੋਨੇ ਦੀ ਸੂਈ, ਸੁਰਤ ਧਾਗਾ ਚਾਂਦੀ ਦਾ। ਮਹਾਰਾਜ ਕਹਿ ਰਹੇ ਨੇ ਬਾਣੀ ਵਿੱਚ ਵੀ ਆਓ ਭਲਿਆ ਇਹ ਸੁਰਤ ਨੂੰ ਗੁਰੂ ਦੇ ਸ਼ਬਦ ਦੇ ਨਾਲ ਜੋੜਿਆ ਕਰ, ਅਤੇ ਜਦੋਂ ਤੂੰ ਜੋੜਨ ਦਾ ਯਤਨ ਕਰੇਗਾ ਉਹਦਾ ਇੱਕ ਰਿਜ਼ਲਟ ਨਿਕਲੇਗਾ, ਨਾਮੇ ਕਾ ਚਿੱਤ ਹਰਸਿਓਂ ਲਾਗਾ। ਜਿਹੜਾ ਚਿੱਤ ਹਰੀ ਨਾਲ ਲੱਗਦਾ ਹੀ ਨਹੀਂ, ਜਿਹੜਾ ਚਿੱਤ ਕਾਮ ਨਾਲ ਲੱਗਦਾ, ਕ੍ਰੋਧ ਨਾਲ ਲੱਗਦਾ, ਹੰਕਾਰ ਨਾਲ ਲੱਗਦਾ, ਕਿਤੇ ਸ਼ਬਦ ਦੀ ਸੂਈ 'ਚ ਸੁਰਤ ਦਾ ਧਾਗਾ ਪਰਾਉਣ ਦਾ ਯਤਨ ਕਰੇ। ਅਭਿਆਸ ਹੈ ਨਾ, ਨਿੱਤ ਦਾ ਅਭਿਆਸ ਰੰਗ ਲਿਆਉਂਦਾ। ਅਭਿਆਸੀ ਬੰਦੇ ਨੂੰ ਪਤਾ ਲੱਗਦਾ ਵੀ ਇਹ ਕਿਹੜੀਆਂ ਕਿਹੜੀਆਂ ਪਰਤਾਂ ਨੇ। ਅਭਿਆਸ ਕਰਨਾ ਕੋਈ ਨਹੀਂ, ਅਤੇ ਕਈ ਜਾਣਾ ਜੀ ਚਿੱਤ ਨਹੀਂ ਜੁੜਦਾ, ਤੂੰ ਅਭਿਆਸ ਕਿੰਨਾ ਕੁ ਕਰਦਾ। ਸਾਧ ਸੰਗਤ ਅਭਿਆਸੀਆਂ ਦੇ ਪੱਲੇ, ਉਹਨਾਂ ਨੂੰ ਪਤਾ ਵੀ ਸਿਮਰਨ ਦੀ ਕਮਾਈ ਕੀ ਹੈ। ਗੁਰੂ ਸਾਹਿਬ ਨੇ ਤਾਂ ਹੀ ਕਿਹਾ ਵੀ ਸੁਰਤ ਦੇ ਅਭਿਆਸੀ ਵੀ ਬਣਿਓ ਅਤੇ ਸ਼ਸਤਰ ਦੇ ਅਭਿਆਸੀ ਵੀ ਬਣਿਓ। ਇਹ ਦੋਵੇਂ ਚੀਜ਼ਾਂ ਦਾ ਅਭਿਆਸ ਦਿੱਤਾ ਗੁਰੂ ਸਾਹਿਬ ਨੇ। ਆ ਸਾਲ 'ਚ ਇੱਕ ਦਿਨ ਦੇ ਦਿੱਤਾ ਵੀ ਇਹ ਜਿਹੜੀ ਸ੍ਰੀ ਸਾਹਿਬ ਹੈ ਇਹਨੂੰ ਮਿਆਨ 'ਚੋਂ ਕੱਢ ਕੇ ਵੇਖੀ ਵੀ ਨਿਕਲਦੀ ਵੀ ਹੈ ਕਿ ਪੱਕੇ ਤੌਰ 'ਤੇ ਜੰਗ ਨਾਲ ਫਿਕਸ ਹੋ ਗਈ ਵਿੱਚ। ਇਹ ਸ਼ਸਤਰ ਚੈੱਕ ਕਰਨ ਵਾਸਤੇ ਮਹਾਰਾਜ ਨੇ ਉਹਦੀ ਤੜ ਵੇਖਣ ਵਾਸਤੇ ਇੱਕ ਦਿਨ ਦਿੱਤਾ। ਤੁਸੀਂ ਹੋਲਾ ਮਨਾਇਆ, ਮਹਾਰਾਜ ਇਸ ਦਿਨ ਸਿੱਖਾਂ ਦੇ ਦੋ ਜਥੇ ਬਣਾ ਕੇ ਇੱਕ ਟਾਰਗੇਟ ਦਿੰਦੇ ਸੀ ਵੀ ਇੱਥੇ ਪਹੁੰਚਣਾ। ਜਿਹੜਾ ਜਥਾ ਪਹਿਲਾਂ ਪਹੁੰਚਦਾ ਸੀ ਉਹਨੂੰ ਆਪ ਸਨਮਾਨਿਤ ਕਰਦੇ ਸਨ। ਅਤੇ ਤੁਹਾਨੂੰ ਕੀ ਲੱਗਦਾ ਵੀ ਇੱਕੇ ਦਿਨ 'ਚ ਸ਼ਸਤਰ ਹੱਥਾਂ 'ਚ ਆ ਗਿਆ? ਨਹੀਂ, ਬੜਾ ਲੰਬਾ ਅਭਿਆਸ ਤੁਰਿਆ ਆਉਂਦਾ ਸੀ। ਗੁਰੂ ਅੰਗਦ ਸਾਹਿਬ ਦੇ ਮਲ ਖਾੜਿਆਂ ਤੋਂ ਤੁਰਿਆ ਆਉਂਦਾ ਸੀ ਅਭਿਆਸ। ਬਾਬੇ ਨਾਨਕ ਨੇ ਆਪਣੇ ਸਿੱਖਾਂ ਨੂੰ ਹੱਥ 'ਚ ਸ਼ਸਤਰ ਚੁੱਕ ਕੇ ਵਿਖਾਇਆ ਸੀ ਵੀ ਇੱਦਾਂ ਦਾ ਆਉਂਦਾ ਸ਼ਸਤਰ। ਤਾਂ ਹੀ ਬਾਬੇ ਨਾਨਕ ਦੀ ਯਾਦ ਵਿੱਚ ਤੁਸੀਂ ਗੁਰਦੁਆਰਾ ਸਾਹਿਬ, ਉਹਨਾਂ ਦੇ ਨਾਮ ਵੇਖੋ ਕੀ ਨੇ, ਗੁਰਦੁਆਰਾ ਬਰਸ਼ਾ ਸਾਹਿਬ, ਇਹ ਬਾਬੇ ਨਾਨਕ ਦੀ ਯਾਦ ਵਿੱਚ ਬਣਿਆ ਗੁਰਦੁਆਰਾ ਹੈ। ਗੁਰਦੁਆਰਾ ਡਾਂਗ ਮਾਰ ਸਾਹਿਬ, ਇਹ ਬਾਬੇ ਨਾਨਕ ਦੀ ਯਾਦ 'ਚ ਬਣਿਆ ਗੁਰਦੁਆਰਾ ਸਾਹਿਬ। ਮਹਾਰਾਜ ਨੇ ਸਿੱਖਾਂ ਨੂੰ ਸ਼ਸਤਰ ਚੁੱਕ ਕੇ ਵਿਖਾਇਆ, ਮਲ ਖਾੜਿਆਂ ਵਿੱਚ ਸਰੀਰਾਂ ਦੀ ਘਾੜਤ ਨੂੰ ਤਰਾਸ਼ਿਆ, ਅਤੇ ਫਿਰ ਧੰਨ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਨੇ ਵੀ ਆਓ, ਉਹ ਜਿਹੜੇ ਤਰਾਸ਼ੇ ਹੋਏ ਜੁੱਸੇ ਨੇ ਨਾ, ਆਓ ਹੁਣ ਉਹ ਸ਼ਸਤਰ ਚੁੱਕ ਕੇ ਮੇਰੇ ਕੋਲ ਅਕਾਲ ਤਖਤ ਸਾਹਿਬ 'ਤੇ ਪਹੁੰਚੋ। ਸਾਧ ਸੰਗਤ ਕੌਮਾਂ ਨੂੰ ਜਿੱਥੇ ਬੁੱਧੀ ਦੇ ਤਲ ਦੇ ਉੱਤੇ ਨਰੋਏਪਣ ਦੀ ਜ਼ਰੂਰਤ ਪੈਂਦੀ ਹੈ ਨਾ, ਉੱਥੇ ਕੌਮ ਫਿਜ਼ੀਕਲੀ ਵੀ ਸਟਰੋਂਗ ਹੋਣੀ ਚਾਹੀਦੀ ਹੈ। ਵੇਖਿਓ ਕਿਤੇ ਸਾਡੇ ਬੱਚੇ ਫਿਜ਼ੀਕਲੀ ਐਕਟੀਵਿਟੀ ਨੂੰ ਛੱਡ ਕੇ, ਸਾਡਾ ਮਾਰਸ਼ਲ ਆਰਟ ਗੱਤਕਾ ਤਿਆਗ ਕੇ ਕਿਤੇ ਵੀਡੀਓ ਗੇਮ ਜੋਗੇ ਨਾ ਰਹਿ ਜਾਣ। ਯਤਨ ਕਰੀਏ ਇਹਨਾਂ ਨੂੰ ਹੱਥ ਵਿੱਚ ਡਾਂਗ ਫੜਨੀ ਆਉਂਦੀ ਹੋਵੇ, ਚਲਾਉਣੀ ਆਉਂਦੀ ਹੋਵੇ। ਹਾਂ, ਗੁਰੂ ਨੇ ਸ਼ਸਤਰ ਨੂੰ ਵੀ ਢਾਲ ਵਾਂਗ ਵਰਤਿਆ। ਮਹਾਰਾਜ ਕਹਿੰਦੇ ਸਿੱਖਾ, ਦੁਨੀਆ 'ਤੇ ਢਾਲ ਨੂੰ ਵੀ ਢਾਲ ਨਹੀਂ ਨਾ ਬਣਾ ਸਕੀ, ਤੇਰੀ ਕਿਰਪਾਨ ਵੀ ਢਾਲ ਹੋਏਗੀ। ਹਦਾਇਤਾਂ ਵੇਖੋ ਕਿਵੇਂ ਦੀਆਂ ਦਿੱਤੀਆਂ, ਬੱਚੇ 'ਤੇ ਵਾਰ ਨਹੀਂ ਕਰਨਾ, ਬੁੱਢੇ 'ਤੇ ਨਹੀਂ ਕਰਨਾ, ਬਿਮਾਰ 'ਤੇ ਨਹੀਂ ਕਰਨਾ, ਇਸਤਰੀ 'ਤੇ ਨਹੀਂ ਕਰਨਾ, ਸ਼ਰਨਾਏ 'ਤੇ ਨਹੀਂ ਕਰਨਾ। ਇਹ ਮਹਾਰਾਜ ਦੀਆਂ 7 ਹਦਾਇਤਾਂ ਦਿੱਤੀਆਂ। ਕਿਹਾ ਹੋਵੇਗਾ ਯੋਧਿਆਂ ਨੇ, ਮਹਾਰਾਜ ਯੋਧਿਆਂ ਨੂੰ ਸ਼ਸਤਰ ਦੇ ਕੇ ਇੰਨੇ ਬੰਨਣ ਨਹੀਂ ਬੰਨੀ ਦੇ। ਸਤਿਗੁਰਾਂ ਨੇ ਕਿਹਾ ਖਾਲਸਾ, ਤੇਰੀ ਕਿਰਪਾਨ ਦੁਨੀਆਂ ਦੇ ਹੱਥਾਂ 'ਚ ਫੜੇ ਸ਼ਸਤਰਾਂ ਤੋਂ ਵੱਖਰੀ ਹੈ। ਇਹ ਕਿਰਪਾਨ ਵੀ ਢਾਲ ਹੈ,
ਇਹ ਜਦੋਂ ਚੱਲੇਗੀ ਤਾਂ ਸਮਝੋ ਪਤਾ ਨਹੀਂ ਕਿੰਨੇ ਬੇਦੋਸ਼ਿਆਂ ਦੇ ਕਤਲ ਹੋਣ ਤੋਂ ਇਸਨੇ ਢਾਲ ਬਣ ਕੇ ਰੋਕ ਲਿਆ। ਇਹ ਸ਼ਮਸ਼ੀਰ ਆਮ ਨਹੀਂ, ਇਹ ਮਨੁੱਖਤਾ ਦੇ ਭਲੇ ਵਾਸਤੇ ਦਿੱਤੀ ਹੈ। ਅਤੇ ਭਗਤ ਜੀ ਨੇ ਕਿਹਾ ਆਓ ਭਾਈ ਮਨ ਬਦਲੀਏ, ਜਿਹੜਾ ਬਦਲਿਆ ਜਾ ਸਕਦਾ। ਤਨ 'ਤੇ ਜ਼ੋਰ ਨਾ ਲਾਉਂਦਾ ਰਹੀਂ, ਇਹਨੇ ਨਹੀਂ ਬਦਲਣਾ, ਇੱਦਾਂ ਹੀ ਰਹਿਣਾ ਇਹਨੇ, ਜਿੰਨਾ ਮਰਜ਼ੀ ਸ਼ੀਸ਼ਾ ਵੇਖ ਲਈ ਇਹਨੇ ਇੱਦਾਂ ਹੀ ਰਹਿਣਾ। ਮਨ ਬਦਲ ਜਿਹਨੂੰ ਬਦਲਿਆ ਜਾ ਸਕਦਾ, ਇਹ ਕਾਲਾ ਨਾ ਰਹਿ ਜਾਏ, ਇਹਨੂੰ ਚਿੱਟਾ ਕਰ ਲਈ, ਜਿਵੇਂ ਦਾ ਧਰਤੀ 'ਤੇ ਲੈ ਕੇ ਆਇਆ ਸੀ ਨਾ ਇਹ ਉਵੇਂ ਦਾ ਹੀ ਰੱਬ ਨੂੰ ਵਾਪਸ ਕਰ ਦੇਈਂ। ਬੜਾ ਨਿਰਮਲ ਸੀ ਜਦੋਂ ਧਰਤੀ 'ਤੇ ਆਇਆ, ਪਰ ਵਿਕਾਰਾਂ ਦੀ ਮੈਲ ਪੈਂਦੀ ਗਈ ਪੈਂਦੀ ਗਈ ਅਤੇ ਕਾਲਾ ਸ਼ਾਹ ਹੋ ਗਿਆ। ਸਤਿਗੁਰ ਕਹਿੰਦੇ ਆ ਭਾਈ ਸਤ ਸੰਗਤ ਵਿੱਚ ਬੈਠ, ਇੱਥੇ ਇੱਦਾਂ ਦੀ ਹੋਲੀ ਖੇਡੀ ਜਾਂਦੀ ਕਿ ਨਾਮ ਰੰਗ ਇਸ ਮਨ ਦੇ ਉੱਤੇ ਛਿੜਕਿਆ ਜਾਂਦਾ। ਜਿੰਨੀ ਰੌਣਕ ਤੁਸੀਂ ਅੱਜ ਗੁਰਦੁਆਰੇ ਦੀ ਬਣਾਈ ਹੈ ਨਾ, ਕਿੰਨਾ ਸੋਹਣਾ ਸਥਾਨ ਹੈ, ਦੂਰ ਦੂਰ ਤੱਕ ਕੁਦਰਤ ਦਾ ਨਜ਼ਾਰਾ ਹੈ। ਅਤੇ ਚਾਹੀਦਾ ਹੈ ਵੀ ਅੰਮ੍ਰਿਤ ਵੇਲੇ ਅਤੇ ਸ਼ਾਮ ਨੂੰ ਗੁਰਦੁਆਰਾ ਸਾਹਿਬ ਵਿੱਚ ਇੱਦਾਂ ਹੀ ਰੌਣਕ ਬਣੇ, ਭਾਵੇਂ ਅਸੀਂ ਰਹਿਰਾਸ ਸਾਹਿਬ ਦਾ ਪਾਠ ਸੁਣ ਕੇ ਚਲੇ ਜਾਈਏ, ਪਰ ਸਿੱਖ ਹੋਵੇ ਅਤੇ ਗੁਰਦੁਆਰਾ ਸਾਹਿਬ ਜ਼ਰੂਰ ਆਵੇ ਅੰਮ੍ਰਿਤ ਵੇਲੇ ਅਤੇ ਸ਼ਾਮ ਦੇ ਦੀਵਾਨਾਂ ਵਿੱਚ। ਭਾਈ ਪ੍ਰਿਥੀਪਾਲ ਸਿੰਘ ਜੀ ਨੂੰ ਵਧਾਈ ਹੋਵੇ, ਜਿਨ੍ਹਾਂ ਨੇ ਖੁਸ਼ੀ ਮਨਾਈ ਹੈ, ਗੁਰੂ ਦੇ ਚਰਨਾਂ ਵਿੱਚ ਬੈਠ ਕੇ ਮਨਾਈ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਮਿਹਰ ਕਰਨ, ਉਹਨਾਂ ਦੇ ਸੁਪੁੱਤਰ ਉਹਨਾਂ 'ਤੇ ਕਿਰਪਾ ਕਰਨ, ਬਾਣੀ ਔਰ ਬਾਣੀ ਦੀਆਂ ਦਾਤਾਂ ਬਖਸ਼ਣ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ ਜੀ। ਭਾਈ ਸਾਹਿਬ ਜੀ ਆਨੰਦ ਸਾਹਿਬ ਦਾ ਪਾਠ ਸ਼ੁਰੂ ਕਰਨਗੇ, ਭੁੱਲ ਚੁੱਕ ਦੀ ਖਿਮਾ। ਪਿਆਰ ਸਹਿਤ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।